सच्चै की है कोठड़ी सच्चे का विच वास इक ना हुक्म समाए लए इक ना हुक्मे करे विनाश इक ना पाणे कढ लए इक ना माया विच निवास एव भे आख ना जापई जे किसे आने रास नानक गुरमुख जानिए जाको आप करे परगास वाहिगुरु जी का खालसा वाहिगुरु जी की फतेह। सतगुरु छतर चवर तखत दे मालक गरीब नवाज पातशाह श्री गुरु ग्रंथ साहिब महाराज जी दे पावन दरबार विच जुड़ बैठे गुरु सवारी सतसंगी जनों, सतगुरां ने कृपा कीती अज दा ए अज दी सवेर बख्शिश कीती है। गुरु अंगद देव जी दी पावन बाणी जो श्लोक गुरु ग्रंथ साहिब जी दे पावन स्वरूप विच शोभायमान हन, आप जी लगातार इन्हां श्लोकां दी विचार सरवण कर रहे हो। अज दे इस श्लोक विच जिस दी एक पंक्ति दी विचार कल आपां सांझी कीती सी कि यह जग सच्चे की है कोठड़ी सच्चे का विच वास, परमात्मा ने अपने रहण वास्ते निवास करन वास्ते एक खेड रची है, संसार इहदे विच आप निवास कर रहा है। फिर अज दा जो अगला प्रकरण है इत्थे वह करदा की है, कल दे विचार विच उहदा निवास स्थान संसार है, दुनिया है।
ਇੱਥੇ ਫਿਰ ਜਿਵੇਂ ਉਹ ਸੰਸਾਰ ਨੂੰ ਚਲਾ ਰਿਹਾ ਹੈ ਅਤੇ ਜਿਸ ਸ਼ਕਤੀ ਦੁਆਰਾ ਚਲਾ ਰਿਹਾ ਹੈ। ਪਹਿਲੀ ਗੱਲ ਤਾਂ ਗੁਰੂ ਅੰਗਦ ਦੇਵ ਜੀ ਨੇ ਕਹੀ ਕਿ ਇਹ ਜਿਹੜਾ ਪਸਾਰਾ ਜਿਤਨਾ ਵੀ ਚੱਲ ਰਿਹਾ ਹੈ ਇਹਦੀ ਸਮਝ ਆਉਣੀ ਬਹੁਤ ਮੁਸ਼ਕਿਲ ਹੈ। ਭਾਵੇਂ ਆਪੋ ਆਪਣੇ ਧਰਮ ਸਾਰੇ ਵਿਚਾਰ ਕਰਦੇ ਨੇ ਕਿ ਆਦਮੀ ਕਰਮ ਕਰਦਾ ਹੈ ਉਹ ਲਿਖੇ ਜਾਂਦੇ ਨੇ, ਫਿਰ ਉਹਨਾਂ ਨਾਲ ਦੁੱਖ ਸੁੱਖ ਪੈਦਾ ਹੁੰਦੇ ਹਨ। ਕੋਈ ਕਹਿੰਦਾ ਹੈ ਪਰਮਾਤਮਾ ਸਭ ਕੁਝ ਕਰ ਰਿਹਾ ਹੈ, ਕੋਈ ਕਹਿੰਦਾ ਹੈ ਨਹੀਂ ਮਨੁੱਖ ਦੇ ਆਪਣੇ ਕਰਮ ਨੇ। ਤਾਂ ਇਹ ਸਾਰੀਆਂ ਵਿਚਾਰਾਂ ਚੱਲਦੀਆਂ ਨੇ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀਆਂ ਗੁਰੂ ਸਾਹਿਬ ਨੇ। ਉਹਨਾਂ ਵਿੱਚੋਂ ਅੱਜ ਦੋ ਵਿਰੋਧੀ ਵਿਚਾਰਾਂ ਇਸ ਸ਼ਬਦ ਵਿੱਚ ਕਹੀਆਂ ਨੇ ਕਿ ਉਹ ਆਪਣੀ ਮੌਜ ਵਿੱਚ ਆ ਕੇ ਕਈਆਂ ਨੂੰ ਆਪਣੇ ਚਰਨਾਂ ਨਾਲ ਜੋੜ ਲੈਂਦਾ ਹੈ, ਕਈਆਂ ਨੂੰ ਮਾਇਆ ਵਿੱਚ ਲੀਨ ਕਰ ਦਿੰਦਾ, ਲਿਪਤ ਕਰ ਦਿੰਦਾ ਹੈ। ਇਸ ਗੱਲ ਦੀ ਸਮਝ ਆਮ ਆਦਮੀ ਨੂੰ ਨਹੀਂ ਆ ਰਹੀ ਕਿ ਪਰਮਾਤਮਾ ਕੀ ਕਰਵਾਉਣਾ ਚਾਹੁੰਦਾ ਹੈ ਮਨੁੱਖ ਤੋਂ, ਕਿਉਂਕਿ ਸਾਰੀ ਜਿਹੜੀ ਰਚਨਾ ਹੈ ਬੜੀ ਬੇਅੰਤ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ, ਜੋ ਕੁਝ ਉਹ ਕਰ ਰਿਹਾ ਇਹਦਾ ਅੰਤ ਨਹੀਂ ਲੱਭਿਆ ਜਾ ਸਕਦਾ, ਦੇਣ ਨਾ ਅੰਤ, ਜਿਨ੍ਹਾਂ ਢੰਗਾਂ ਨਾਲ ਉਹ ਸਾਨੂੰ ਦਾਤਾਂ ਦੇ ਰਿਹਾ ਉਹ ਵੀ ਨਜ਼ਰ ਵਿੱਚ ਨਹੀਂ ਆਉਂਦੀ ਗੱਲ, ਕੋਈ ਪਤਾ ਨਹੀਂ ਮਨੁੱਖ ਨੂੰ, ਸਿਰਫ ਅਸੀਂ ਵਰਤ ਰਹੇ ਹਾਂ ਜਿਵੇਂ ਸਾਨੂੰ ਉਹ ਦੇ ਰਿਹਾ ਹੈ, ਇਹਦੀ ਕੋਈ ਸਾਨੂੰ ਸਮਝ ਨਹੀਂ ਹੈ। ਅੰਤ ਨਾ ਕਰਨਾ, ਦੇਣ ਨਾ ਅੰਤ, ਅੰਤ ਨਾ ਵੇਖਣ, ਉਹ ਕਿੰਨੇ ਤਰੀਕਿਆਂ ਨਾਲ ਸਾਨੂੰ ਦੇਖ ਰਿਹਾ ਸਾਨੂੰ ਇਸ ਗੱਲ ਦਾ ਪਤਾ ਨਹੀਂ ਹੈ। ਸੁਣਨ ਦਾ ਅੰਤ ਕਈ ਤਰੀਕਿਆਂ ਨਾਲ ਸੁਣਦਾ ਹੈ, ਅੰਤ ਨਾ ਜਾਪੈ ਕਿਆ ਮਨ ਮੰਤ, ਮਨ ਮੰਤ ਦਾ ਅਰਥ ਹੈ ਕਿ ਉਹਦੇ ਮਨ ਵਿੱਚ ਕੀ ਵਿਚਾਰ ਚੱਲ ਰਹੇ ਨੇ ਇਹਦਾ ਕੋਈ ਅੰਤ ਨਹੀਂ ਹੈ, ਇਸ ਆਕਾਰ ਦਾ ਕੋਈ ਅੰਤ ਨਹੀਂ, ਇਹਦਾ ਕੋਈ ਪਾਰਾਵਾਰ ਨਹੀਂ ਹੈ। ਕਿੰਨੇ ਹੀ ਮਨੁੱਖ ਇੱਥੇ ਪਰਮਾਤਮਾ ਦੇ ਅੰਤ ਨੂੰ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਉਹਦਾ ਅੰਤ ਤਾਂ ਕੀ ਲੱਭਣਾ ਸੀ, ਜਿਹੜੀ ਸ੍ਰਿਸ਼ਟੀ ਦੀ ਉਹਨੇ ਰਚਨਾ ਕੀਤੀ ਉਹਦਾ ਅੰਤ ਵੀ ਨਹੀਂ ਪਾਇਆ ਜਾ ਸਕਦਾ। ਬੜੇ ਲੋਕ ਬਿਲਲਾ ਰਹੇ ਨੇ, ਗੁਰੂ ਅਮਰਦਾਸ ਜੀ ਨੇ ਵੀ ਬਚਨ ਕਹਿ ਔਰ ਗੁਰੂ ਨਾਨਕ ਸਾਹਿਬ ਨੇ ਇੱਥੇ ਕਹਿੰਦੇ ਅੰਤ ਕਾਰਨ ਕੇਤੇ ਬਿਲਲਾਹੇ, ਵਿਲਕਦੇ ਨੇ ਬੜੇ ਬੜੇ ਸਿਆਣੇ ਲੋਕ ਵਿਦਵਾਨ ਫਿਲਾਸਫਰ ਕਿ ਸਾਨੂੰ ਇਸ ਸਾਰੀ ਵਰਤ ਦੀ ਘਟਨਾ ਦਾ ਕਿਤੇ ਪਤਾ ਲੱਗੇ ਕਿੱਥੋਂ ਚੱਲ ਰਹੀ ਹੈ। ਫਿਰ ਗੁਰੂ ਅਮਰਦਾਸ ਜੀ ਨੇ ਕਿਹਾ ਕਿ ਹਰ ਆਪ ਅਮੁਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ, ਕਿਸੇ ਵਿੱਚੋਂ ਰਹੇ ਲੋਕ ਵਿਲ ਲਾਏ। ਬਹੁਤ ਲੋਕ ਇਹਨੂੰ ਖੋਜਣਾ ਚਾਹੁੰਦੇ ਨੇ, ਉਹਦਾ ਕਾਰਨ ਇਹ ਹੈ ਕਿ ਆਦਮੀ ਨੂੰ ਸਮਝ ਨਹੀਂ ਆਉਂਦੀ ਕਿ ਮੈਂ ਜ਼ਿੰਦਗੀ ਵਿੱਚ ਕਿਹੜੀ ਚੀਜ਼ ਨੂੰ ਚੁਣਾ, ਸੱਚ ਨੂੰ ਚੁਣਾ ਕਿ ਝੂਠ ਨੂੰ, ਕਿਉਂਕਿ ਇਹ ਵੀ ਸੱਚ ਹੈ ਝੂਠ ਉਹਨੇ ਬਣਾਇਆ ਹੈ। ਗੁਰਬਾਣੀ ਪੜ੍ਹ ਕੇ ਦੇਖੋ, ਪਾਪ ਪੁੰਨ ਜਗ ਜਾਇਆ ਭਾਈ, ਜਾਇਆ ਦਾ ਅਰਥ ਹੈ ਜਨਮ ਦੇਣਾ, ਇਹ ਜਿਹੜਾ ਸੰਸਾਰ ਬਣਿਆ ਹੈ ਪਾਪ ਅਤੇ ਪੁੰਨ ਦੀ ਮਿਲਾਵਟ ਕਰਕੇ ਬਣਿਆ ਹੈ। ਪਾਪ ਪੁੰਨ ਜਗ ਜਾਇਆ ਭਾਈ, ਇਹਦੇ ਵਿੱਚ ਥੋੜ੍ਹਾ ਜਿਹਾ ਪਾਪ ਸੀ, ਜ਼ਿਆਦਾ ਪੁੰਨ ਸੀ। ਹੋਰ ਬਚਨ ਆਉਂਦੇ, ਕੁਰਬਾਨ ਕੀਤਾ ਤਿਸੈ ਵਿੱਚੋਂ ਜਿਨ ਮੋਹ ਮਿੱਠਾ ਲਾਇਆ, ਇਹ ਵੀ ਉਸ ਨੇ ਬਣਾਇਆ ਹੈ। ਹੋਰ ਬਚਨ ਕੀਤੇ ਕਿ ਪਰਮਾਤਮਾ ਨੇ ਹਉਮੈ ਵੀ ਆਪ ਬਣਾਈ ਹੈ ਆਦਮੀ ਦੇ ਅੰਦਰ, ਇੱਕ ਮੈਂ ਦੀ ਬਿਰਤੀ ਬਣਾਈ ਤਾਂ ਇਹ ਤੁਰਿਆ ਨਾ, ਥੋੜ੍ਹੀ ਜਿਹੀ ਇਹਦੇ ਵਿੱਚ ਬਣਾ ਦਿੱਤੀ, ਇੱਕ ਸੈਂਟਰ ਬਣਾਇਆ ਹੈ ਤੇ ਉਹਦੀ ਜੋਤ। ਗੁਰਬਾਣੀ ਵਿੱਚ ਅਸੀਂ ਪੜ੍ਹਦੇ ਹਾਂ ਕਿ ਸਭ ਮੈਂ ਜੋਤ, ਜੋਤ ਹੈ ਸੋਏ,
ਸਾਰਿਆਂ ਵਿੱਚ ਹੋਰ ਕੋਈ ਵੀ ਨਹੀਂ ਹੈ। ਸਭੈ ਕਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ ਰੇ। ਸਾਰੀ ਉਹ ਆਪ ਹੀ ਵਰਤ ਰਿਹਾ, ਦੂਸਰਾ ਹੈ ਹੀ ਕੋਈ ਨਹੀਂ। ਪਰ ਇਹ ਇਕੱਲਾ ਇਕੱਲਾ ਆਦਮੀ ਆਪਣੀ ਹੋਂਦ ਨੂੰ ਬਣਾ ਕੇ ਬੈਠਾ, ਇਹਦੇ ਵਿੱਚ ਕੋਈ ਚੀਜ਼ ਜ਼ਰੂਰ ਪਾਈ ਹੈ ਕਿ ਜਿਹਦੇ ਵਿੱਚ ਉਹਨੂੰ ਇਹ ਅਹਿਸਾਸ ਹੋਣ ਲੱਗ ਪਿਆ ਕਿ ਮੈਂ ਕੁਝ ਹਾਂ। ਉਹ ਬਿੰਦੂ ਪਰਮਾਤਮਾ ਨੇ ਆਪ ਪਾਇਆ ਵਿੱਚ ਬੰਦੇ ਨੂੰ ਚਲਾਉਣ ਵਾਸਤੇ ਕਿ ਇਹ ਸੰਸਾਰ ਵਿੱਚ ਤੁਰੇਗਾ, ਕੰਮ ਕਰੇਗਾ, ਸਰੀਰਕ ਤੌਰ 'ਤੇ ਇਸ ਖੇਡ ਨੂੰ ਖੇਡੇਗਾ। ਇਹ ਥੋੜ੍ਹਾ ਜਿਹਾ ਇੱਕ ਬਿਲਕੁਲ ਜਿਵੇਂ ਕਹਿ ਲਈਏ ਨਾਮ ਮਾਤਰ ਹੋਂ ਮੈਂ, ਛੋਟੀ ਜਿਹੀ ਹੋਂ ਮੈਂ ਸਾਡੇ ਵਿੱਚ ਪਰਮਾਤਮਾ ਨੇ ਆਪ ਬਣਾਈ। ਹੋਂ ਮੈਨੂੰ ਪਾਪ ਹੀ ਕਹਿੰਦੇ ਹਾਂ ਨਾ ਆਪਾਂ, ਪਰ ਪਾਈ ਵਿੱਚ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਿਹੜੀ ਚੀਜ਼ ਨੂੰ ਪ੍ਰਵਾਨਿਤ ਕਰਦੀ ਹੈ, ਇਹ ਵੇਖਣਾ ਅੱਜ ਦੇ ਵਿਚਾਰ ਵਿੱਚ। ਵੈਸੇ ਤਾਂ ਮੈਂ ਕਹਿ ਰਿਹਾ ਸਾਂ ਅੰਤ ਨਹੀਂ ਲੱਭ ਸਕਦਾ, ਗੁਰੂ ਸਾਹਿਬ ਕਹਿੰਦੇ ਨੇ। ਇੱਕ ਤਰੀਕਾ ਹੋਰ ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਕੁਝ ਕੁਝ ਤੈਨੂੰ ਪਤਾ ਲੱਗ ਜਾਏਗਾ, ਜੇ ਤੂੰ ਗੁਰੂ ਚਰਨਾਂ ਦੇ ਵਿੱਚ ਚਿੱਤ ਜੋੜ ਕੇ ਸ਼ਬਦ ਦੀ ਕਮਾਈ ਕਰੇ, ਤਾਂ ਸ਼ਬਦ ਦੀ ਕਮਾਈ ਕਰਦਿਆਂ ਕਰਦਿਆਂ ਤੇਰੇ ਅੰਦਰ ਇੱਕ ਪ੍ਰਗਾਸ਼ ਪੈਦਾ ਹੋ ਜਾਏਗਾ, ਇੱਕ ਚਾਨਣ, ਇੱਕ ਗਿਆਨ ਦੀ ਦੁਨੀਆ ਤੇਰੇ ਅੰਦਰ ਪੈਦਾ ਹੋ ਜਾਏਗੀ। ਤੇਰੇ ਅੰਦਰ ਕੁਝ ਜਿਹੜਾ ਅਗਿਆਨ ਛਾਇਆ ਹੋਇਆ ਹਨੇਰਾ ਹਉਮੈ ਦਾ, ਜਿਉਂ ਜਿਉਂ ਉਹ ਘਟੇਗਾ, ਜਿਉਂ ਜਿਉਂ ਉਹ ਘਟੇਗਾ ਤਿਉਂ ਤਿਉਂ ਤੇਰੇ ਅੰਦਰ ਇੱਕ ਪ੍ਰਗਾਸ਼ ਦੀ ਕਿਰਨ ਉਤਰੇਗੀ। ਤਾਂ ਉਸ ਪ੍ਰਕਾਸ਼ ਦੇ ਵਿੱਚ ਤੂੰ ਥੋੜ੍ਹਾ ਜਿਹਾ ਜਾਣ ਲਏਗਾ ਵੀ ਇਹ ਸਾਰੀ ਖੇਡ ਕੀ ਚੱਲ ਰਹੀ। ਸਾਰਾ ਨਹੀਂ ਜਾਣਿਆ ਜਾ ਸਕਦਾ, ਥੋੜ੍ਹਾ ਜਿਹਾ ਜਾਣ ਲਏਗਾ। ਜਿਵੇਂ ਸੂਰਜ ਚੜ੍ਹਿਆ ਤਾਂ ਉਸ ਸੂਰਜ ਦੇ ਚੜਾਵ ਦੇ ਅੰਦਰ, ਉਹਦੇ ਚਾਨਣ ਵਿੱਚ ਅਸੀਂ ਇਹ ਸਭ ਕੁਝ ਜਾਣ ਰਹੇ ਹਾਂ ਕਿ ਸਾਹਮਣੇ ਸੜਕ ਹੈ, ਸਾਹਮਣੇ ਮਕਾਨ ਹੈ, ਸਾਹਮਣੇ ਕੋਈ ਆਦਮੀ ਹੈ। ਇਹ ਅਸੀਂ ਜਾਣ ਲਿਆ ਸੂਰਜ ਚੜ੍ਹਨ ਤੋਂ ਬਾਅਦ। ਚਾਨਣ ਹੋਇਆ ਹਨੇਰੇ ਵਿੱਚ, ਇਹਦਾ ਵੀ ਪਤਾ ਨਹੀਂ ਸੀ। ਪਰ ਇਸ ਜਾਣਨ ਦੇ ਅਰਥ ਇਹ ਨੇ ਵੀ ਅਸਾਂ ਸਾਰੀ ਦੁਨੀਆ ਨੂੰ ਜਾਣ ਲਿਆ ਹੈ, ਸਿਰਫ ਓਨੀ ਚੀਜ਼ ਨੂੰ ਜਾਣਿਆ ਜਿਹੜੀ ਸਾਡੀ ਅੱਖ ਦੇ ਅੱਗੇ ਹੈ ਸਿਰਫ, ਬਾਕੀ ਸਾਰਾ ਅਨੰਤ ਸੰਸਾਰ ਪਿਆ ਹੈ। ਕਿੰਨੇ ਦੇਸ਼, ਕਿੰਨੀਆਂ ਧਰਤੀਆਂ, ਸੂਰਜ, ਚੰਦਰਮਾ, ਬ੍ਰਹਿਮੰਡ, ਜੰਗਲ ਹਨ, ਸਮੁੰਦਰ ਹਨ, ਕਿੰਨਾ ਕੁਝ ਹੈ ਉਹ ਨਹੀਂ ਜਾਣਿਆ ਜਾ ਸਕਦਾ। ਤਾਂ ਗੁਰਬਾਣੀ ਵਿੱਚ ਜਿੱਥੇ ਇਹ ਕਿਹਾ ਗਿਆ ਕਿ ਨਾਨਕ ਗੁਰਮੁਖ ਜਾਣੀਐ ਜਾਂ ਕੋ ਆਪ ਕਰੇ ਪ੍ਰਗਾਸ, ਜਿਹਦੀ ਅੱਖ ਖੁੱਲ ਜਾਏ ਉਹ ਜਾਣ ਲੈਂਦਾ ਪਰ ਸਾਰਾ ਨਹੀਂ ਜਾਣ ਸਕਦਾ। ਥੋੜ੍ਹਾ ਥੋੜ੍ਹਾ ਉਹਨੂੰ ਪਤਾ ਲੱਗਦਾ ਕਿ ਇਹ ਜੀਵਨ ਕਿਵੇਂ ਚੱਲ ਰਿਹਾ। ਜਿਹੜੇ ਭਗਤ ਸਨ ਉਹਨਾਂ ਨੇ ਜਾਣਿਆ, ਜਾਣਨ ਤੋਂ ਬਾਅਦ ਉਹਨਾਂ ਨੇ ਜਿਹੜਾ ਤਜ਼ਰਬਾ ਉਹਨਾਂ ਦੀ ਜ਼ਿੰਦਗੀ ਵਿੱਚ ਆਇਆ ਤਾਂ ਉਹਨਾਂ ਨੇ ਗੁਰਬਾਣੀ ਦੇ ਰੂਪ ਵਿੱਚ ਲਿਖ ਦਿੱਤਾ, ਗੁਰਬਾਣੀ ਦੇ ਰੂਪ ਵਿੱਚ, ਸ਼ਬਦ ਦੇ ਰੂਪ ਵਿੱਚ ਉਤਾਰ ਦਿੱਤਾ ਉਸ ਬਾਣੀ ਨੂੰ। ਤਾਂ ਬੇਨਤੀ ਕਰ ਰਿਹਾ ਸੀ, ਜਾਣਿਆ ਜਾ ਸਕਦਾ ਕਿ ਜ਼ਿੰਦਗੀ ਕੀ ਹੈ, ਇਹਦੇ ਵਿੱਚ ਕੀ ਸਾਨੂੰ ਧਰਮ ਚੁਣ ਲੈਣਾ ਚਾਹੀਦਾ ਜਾਂ ਸੰਸਾਰੀ ਮੋਹ ਵਿੱਚ ਡੁੱਬੀ ਹੋਈ ਬਿਰਤੀ, ਪਦਾਰਥ ਕਮਾਉਣੇ, ਦਿਨ ਰਾਤ ਕੰਮ ਕਰਨਾ, ਜਿਹਨੂੰ ਗੁਰੂ ਸਾਹਿਬ ਕਹਿੰਦੇ ਨੇ ਕਿ ਖਾਣਾ ਪੀਣਾ ਸੌਣਾ ਹੱਸਣਾ, ਇਹ ਚੁਣਨਾ ਚਾਹੀਦਾ ਜਾਂ ਅੰਮ੍ਰਿਤ ਵੇਲੇ ਉੱਠ ਕੇ ਸ਼ਬਦ ਨਾਲ ਸੁਰਤ ਜੋੜਨੀ ਚਾਹੀਦੀ। ਇਹ ਸਵਾਲ ਹੈ ਬੰਦੇ ਦੇ ਜੀਵਨ ਵਿੱਚ। ਤਾਂ ਇਸ ਦੁਬਧਾ ਦੇ ਵਿੱਚ ਧਾਰਮਿਕ ਬੰਦਾ ਵੀ ਰਹਿੰਦਾ ਹੈ, ਜਦੋਂ ਉਹ ਸੁਣਦਾ ਹੈ ਕਿ ਦੋਵੇਂ ਚੀਜ਼ਾਂ ਉਹਨੇ ਹੀ ਪਾਈਆਂ ਨੇ, ਪਾਪ ਪੁੰਨ ਜਗ ਜਾਇਆ ਭਾਈ ਬਿਣਸੈ ਨਾਮ ਵਿਸਾਰੀ, ਦੋਵੇਂ ਤਰਫਾਂ ਉਪਾਏ ਉਹਨੇ ਦੋਵੇਂ ਤਰਫਾਂ ਉਪਾਈਆਂ ਨੇ, ਦੋਵੇਂ ਚੀਜ਼ਾਂ ਪੈਦਾ ਕੀਤੀਆਂ ਨੇ। ਹੁਣ ਅਸੀਂ ਕੀ ਚੁਣਨਾ, ਕਿਹੜੀ ਠੀਕ ਹੈ, ਕਿਉਂਕਿ ਇਹ ਸਾਰੇ ਵਿਚਾਰ ਚੱਲਦੇ ਨੇ ਜਿਹਦੇ ਵਿੱਚ ਕਿਹਾ ਜਾਂਦਾ ਪਾਪੀਆਂ ਤੋਂ ਪਾਪ ਵੀ ਉਹ ਕਰਾ ਰਿਹਾ, ਪੁੰਨ ਕਰਨ ਵਾਲਿਆਂ ਤੋਂ ਪੁੰਨ ਵੀ ਉਹ ਕਰਾ ਰਿਹਾ ਹੈ। ਇੱਕ ਪਾਸੇ ਅੰਮ੍ਰਿਤ ਪੀਣ ਵਾਲਿਆਂ ਨੂੰ ਅੰਮ੍ਰਿਤ ਵੀ ਉਹ ਪਿਆ ਰਿਹਾ ਅਤੇ ਜਿਹੜੇ ਬੰਦੇ ਨਸ਼ਾ ਕਰ ਰਹੇ ਨੇ ਉਹਨਾਂ ਨੂੰ ਵੀ ਉਹ ਹੀ ਖਵਾ ਰਿਹਾ ਹੈ। ਇਹ ਦੋਵੇਂ ਵਿਚਾਰਾਂ ਚੱਲਦੀਆਂ ਨਾ। ਹੁਣ ਇੱਥੇ ਥੋੜ੍ਹੀ ਜਿਹੀ ਵਿਚਾਰ ਆਪ ਜੀ ਨਾਲ ਸਾਂਝੀ ਕਰਾਂ।
ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ ਤਾਂ ਸਤਿਗੁਰੂ ਇਸ ਤਰ੍ਹਾਂ ਦੇ ਜੀਵਨ ਨੂੰ ਪ੍ਰਵਾਨ ਨਹੀਂ ਕਰਦੇ ਜਿਹੜਾ ਨਾਮ ਤੋਂ ਟੁੱਟਾ ਹੋਇਆ, ਬਿਲਕੁਲ ਪ੍ਰਵਾਨ ਨਹੀਂ ਕਰਦੇ। ਥੋੜ੍ਹੇ ਜਿਹੇ ਵਿਸ਼ੇ ਬੜੇ ਮਹਿੰਗੇ ਕਹਿ ਲਈਏ ਜਾਂ ਇਹਦੇ ਉੱਤੇ ਧਿਆਨ ਬੜਾ ਇਕਾਗਰ ਕਰਨਾ ਪਏਗਾ, ਪਰ ਇਹ ਵਿਸ਼ੇ ਸਾਡੇ ਅੰਦਰ ਚੱਲਦੇ ਨੇ, ਇਹਨਾਂ ਨੂੰ ਹੱਲ ਕਰ ਲੈਣਾ ਚਾਹੀਦਾ ਹੈ। ਇੱਕ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ ਕਿ ਭਾਵੇਂ ਪਰਮਾਤਮਾ ਹੀ ਸਭ ਕੁਝ ਕਰਾ ਰਿਹਾ ਹੈ, ਗਲਤ ਆਦਮੀ ਤੋਂ ਗਲਤ ਕਰ ਰਿਹਾ ਆਦਮੀ ਕਰਾ ਤਾਂ ਉਹ ਹੀ ਰਿਹਾ ਹੈ, ਸੱਚਾਈ ਹੈ, ਗੁਰੂ ਸਾਹਿਬ ਕਹਿ ਰਹੇ ਨੇ ਬਾਣੀ ਵਿੱਚ, ਪਰ ਕਰਾ ਰਿਹਾ ਪਰ ਉਹਨੂੰ ਪ੍ਰਵਾਨਗੀ ਨਹੀਂ ਦੇ ਰਿਹਾ ਵੀ ਇਹ ਕਰਨਾ ਚਾਹੀਦਾ ਹੈ। ਬੜਾ ਡੂੰਘਾ ਵਿਸ਼ਾ ਹੈ। ਮੈਂ ਕੁਝ ਉਦਾਹਰਣ ਦਿਆਂਗਾ। ਗੁਰੂ ਸਾਹਿਬ ਨੇ ਸਪਸ਼ਟ ਕਰ ਦਿੱਤਾ, ਉਹ ਕਹਿੰਦੇ ਨੇ ਭਾਈ ਰੇ ਭਗਤ ਹੀਣ ਕਾਹੇ ਜਗ ਆਇਆ, ਉਹਨੂੰ ਆਉਣਾ ਹੀ ਨਹੀਂ ਸੀ ਚਾਹੀਦਾ। ਜਿਸ ਮਨੁੱਖ ਦਾ ਜੀਵਨ ਸ਼ਬਦ ਤੋਂ ਨਾਮ ਤੋਂ ਵਾਂਝਾ ਹੈ, ਗੁਰੂ ਤੋਂ ਧਰਮ ਤੋਂ ਖਾਲੀ ਹੈ, ਸਤਿਗੁਰੂ ਕਹਿੰਦੇ ਨੇ ਇਸ ਬੰਦੇ ਨੂੰ ਜਨਮ ਹੀ ਨਹੀਂ ਸੀ ਲੈਣਾ ਚਾਹੀਦਾ, ਇਹਨੂੰ ਕੋਈ ਅਧਿਕਾਰ ਹੈ ਹੀ ਨਹੀਂ ਜਿਉਣ ਦਾ, ਇਹ ਕਿਉਂ ਆਇਆ ਹੈ, ਇਹਨੇ ਇਸ ਧਰਤੀ 'ਤੇ ਆ ਕੇ ਗੰਦਗੀ ਕਿਉਂ ਫੈਲਾਈ। ਸਪਸ਼ਟ ਬਚਨ ਆਉਂਦੇ ਨੇ। ਕਬੀਰ ਸਾਕਤ ਅਤੇ ਸੂਕਰ ਭਲਾ, ਸਾਕਤ ਦਾ ਮਤਲਬ ਨਾਮ ਤੋਂ ਖਾਲੀ ਮਨੁੱਖ। ਕਬੀਰ ਸਾਕਤ ਅਤੇ ਸੂਕਰ ਭਲਾ, ਸੂਕਰ ਦੇ ਅਰਥ ਨੇ ਸੂਰ, ਸਾਕਤ ਨਾਲੋਂ ਜਿਹਦੇ ਮਨ ਵਿੱਚ ਪਰਮਾਤਮਾ ਦਾ ਨਾਮ ਨਹੀਂ, ਗੁਰੂ ਚਰਨਾਂ ਨਾਲ ਜੁੜਿਆ ਨਹੀਂ, ਗੁਰੂ ਸਾਹਿਬ ਕਹਿੰਦੇ ਨੇ ਵੀ ਸੂਰ ਉਹਦੇ ਨਾਲੋਂ ਚੰਗਾ ਹੈ ਕਈ ਦਰਜੇ, ਕਿਉਂਕਿ ਰੱਖ ਹੈ ਆਛਾ ਗਾਉਂ, ਜਿਸ ਪਿੰਡ ਵਿੱਚ ਸੂਰ ਰਹਿੰਦਾ ਹੈ ਉਸ ਪਿੰਡ ਦੀ ਸਫਾਈ ਕਰਦਾ ਹੈ। ਪਰ ਜਿਹੜਾ ਸਾਕਤ ਹੈ, ਸਰੀਰ ਬੜਾ ਸੋਹਣਾ ਦਿੱਤਾ ਪਰਮਾਤਮਾ ਨੇ ਉਹਨੂੰ, ਪਰ ਉਸ ਸਰੀਰ ਦੇ ਰਾਹੀਂ ਨਾਮ ਤੋਂ ਟੁੱਟ ਗਿਆ, ਸਰੀਰ ਉਹਦੇ ਕੋਲ ਹੈ, ਨਾਮ ਤੋਂ ਖਾਲੀ ਹੋ ਗਿਆ, ਹੁਣ ਕੁਝ ਵੀ ਨਾ ਕਰੇ ਤਾਂ ਵੀ ਉਹ ਪਾਪੀ ਹੈ, ਇਹ ਖਿਆਲ ਰੱਖਣਾ। ਨਾਮ ਤੋਂ ਹੀਣ ਜਿਹੜਾ ਮਨੁੱਖ ਹੈ ਨਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ, ਭਾਵੇਂ ਉਹ ਸਵੇਰੇ ਉੱਠ ਕੇ ਆਪਣੇ ਕਮਰੇ ਵਿੱਚ ਰਵੇ ਸਾਰਾ ਦਿਨ, ਨਾ ਕੁਝ ਵੇਖੇ, ਨਾ ਕੁਝ ਖਾਏ, ਨਾ ਕੁਝ ਪਹਿਨੇ, ਕੁਝ ਵੀ ਨਾ ਕਰੇ, ਉਹ ਕਵੇ ਮੈਂ ਪਾਪ ਕਰਦਾ ਹੀ ਨਹੀਂ, ਗੁਰੂ ਗ੍ਰੰਥ ਸਾਹਿਬ ਕਹਿੰਦੇ ਕੁਝ ਨਾ ਕਰ ਫਿਰ ਵੀ ਤੂੰ ਪਾਪੀ ਹੈ, ਕਿਉਂਕਿ ਨਾਮ ਤੋਂ ਖਾਲੀ ਹੈ। ਨਾਮ ਤੋਂ ਖਾਲੀ ਹੋਣਾ, ਪਰਮਾਤਮਾ ਦੀ ਯਾਦ ਤੋਂ ਖਾਲੀ ਹੋਣਾ, ਉਹਦੇ ਪ੍ਰੇਮ ਤੋਂ ਖਾਲੀ ਹੋਣਾ, ਗੁਰੂ ਤੋਂ ਦੂਰ ਰਹਿਣਾ, ਆਦਮੀ ਭਾਵੇਂ ਕੁਝ ਵੀ ਪਾਪ ਨਾ ਕਰੇ ਉਹ ਫਿਰ ਵੀ ਪਾਪੀ ਹੈ, ਅਪਰਾਧੀ ਹੈ। ਫਿਰ ਵੀ ਨਾਮ ਨਾ ਜਪੇ ਤੇ ਆਤਮ ਘਾਤੀ। ਇਸ ਤਰੀਕੇ ਦੇ ਨਾਲ ਹੋਰ ਵੀ ਬਚਨ ਗੁਰਬਾਣੀ ਵਿੱਚ ਆਏ ਜਿਨ੍ਹਾਂ ਤੋਂ ਇਹ ਸਪਸ਼ਟ ਔਰ ਸਿੱਧ ਹੋ ਜਾਂਦਾ ਹੈ ਕਿ ਨਾਮਹੀਣ ਜਿਹੜਾ ਮਨੁੱਖ ਹੈ, ਸ਼ਬਦ ਤੋਂ ਬਿਨਾਂ ਹੈ, ਪਰਮਾਤਮਾ ਦੇ ਪ੍ਰੇਮ ਤੋਂ ਖਾਲੀ ਹੈ। ਗੁਰਮਤ ਨੇ, ਅਧਿਆਤਮਵਾਦ ਨੇ, ਭਗਤਾਂ ਨੇ, ਗੁਰੂ ਸਾਹਿਬਾਨ ਨੇ ਐਸੇ ਜੀਵਨ ਨੂੰ ਕੋਈ ਪ੍ਰਵਾਨਗੀ ਨਹੀਂ ਦਿੱਤੀ ਵੀ ਇਹ ਬਿਲਕੁਲ ਠੀਕ ਹੈ। ਹੋਰ ਉਦਾਹਰਨ ਦਿਆਂ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਨ ਹਰ ਹਿਰਦੈ ਨਾਮ ਨਾ ਬਸਿਓ, ਤਿੰਨ ਮਾਤ ਕੀਜੈ ਹਰ ਬਾਂਝਾ। ਜਿਸ ਬੰਦੇ ਦੇ ਮਨ ਵਿੱਚ ਨਾਮ ਦਾ ਨਿਵਾਸ ਨਹੀਂ ਹੋਇਆ, ਉਸ ਦੀ ਮਾਂ ਜਿਹੜੀ ਹੈ, ਉਹਦੀ ਜਿਹੜੀ ਮਾਤਾ ਹੈ, ਉਹਨੂੰ ਬਾਂਝ ਰਹਿ ਜਾਣਾ ਚਾਹੀਦਾ ਸੀ। ਬਾਂਝਪਣ ਇੱਕ ਬਿਮਾਰੀ ਹੈ ਕਿ ਜਦੋਂ ਕਿਸੇ ਇਸਤਰੀ ਦੇ ਘਰ ਵਿੱਚ ਸੰਤਾਨ ਪੈਦਾ ਨਹੀਂ ਹੁੰਦੀ। ਬੜਾ ਸਖਤ ਬਚਨ ਹੈ, ਤਿੰਨ ਮਾਤ ਕੀਜੈ ਹਰ ਬਾਂਝਾ, ਤਿੰਨ ਸੁੰਜੀ ਦੇ ਫਿਰੈ ਬਿਨ ਨਾਵੈ, ਓਏ ਖੱਪ ਖੱਪ ਮੋਏ ਕਰਾਂਝਾ। ਇਹ ਸਾਰੇ ਜਿਹੜੇ ਸ਼ਬਦ ਨੇ ਕੀ ਕਹਿ ਰਹੇ ਨੇ, ਇਹ ਸਪਸ਼ਟ ਕਹਿ ਰਹੇ ਨੇ ਕਿ ਨਾਮਹੀਣ ਜਿਹੜਾ ਜੀਵਨ ਹੈ, ਪਰਮਾਤਮਾ ਨੇ ਗੁਰੂ ਨੇ ਉਸ ਨੂੰ ਕੋਈ ਪ੍ਰਵਾਨਗੀ ਨਹੀਂ ਦਿੱਤੀ। ਹੁਣ ਇੱਥੋਂ ਤੱਕ ਇੱਕ ਵਿਸ਼ਾ ਥੋੜ੍ਹੇ ਮਿੰਟਾਂ ਵਿੱਚ ਸਾਡੀ ਸਮਝ ਵਿੱਚ ਆ ਗਿਆ ਹੋਵੇਗਾ ਕਿ ਜਿਸ ਗੁਰੂ ਨੂੰ ਅਸੀਂ ਗੁਰੂ ਕਹਿੰਦੇ ਹਾਂ, ਉਹਨੇ ਬਿਲਕੁਲ 100% ਸਪਸ਼ਟ ਕਰ ਦਿੱਤਾ ਹੈ ਕਿ ਧਰਮ ਤੋਂ ਬਿਨਾਂ ਮਨੁੱਖ ਪਰਮਾਤਮਾ ਨੂੰ ਪ੍ਰਵਾਨ ਹੈ ਨਹੀਂ, ਕੋਈ ਪ੍ਰਵਾਨਗੀ ਨਹੀਂ ਹੈ। ਹੁਣ ਦੂਸਰਾ ਵਿਸ਼ਾ ਥੋੜ੍ਹਾ ਜਿਹਾ ਇਹਦੇ ਵਿੱਚ ਲੈਣਾ ਚਾਹੁੰਦਾ। ਅੱਗੇ ਜਾ ਕੇ ਗੁਰੂ ਸਾਹਿਬ ਨੇ ਬਚਨ ਕਹੇ ਨੇ ਕਿ ਜਿਹੜਾ ਮਨਮੁੱਖ ਹੈ ਉਹਦੇ ਤੋਂ ਪਾਪ ਵੀ ਉਹੀ ਕਰਵਾ ਰਿਹਾ ਹੈ। ਇੱਥੇ ਜਾ ਕੇ ਫਿਰ ਦੁਬਧਾ ਪੈਣ ਦੀ ਸੰਭਾਵਨਾ ਹੈ। ਉਹ ਜਿਸ ਸੰਬੰਧ ਵਿੱਚ ਗਿਆ, ਉਹ ਦੋ ਕਾਰਨ ਸਨ, ਧਿਆਨ ਰੱਖਣਾ, ਉਹਦੇ ਕਾਰਨ ਦੋ ਸਨ।
एक ते जेड़ा धार्मिक जिग्यासु है जदों वह सच्चे मार्ग ते चलदा है ते दूसरिया नालों उच्चा होना शुरू कर देंदा, उहदा जीवन उचाई आउणी शुरू हो जांदी, उहदे विच चंगियाई आउणी शुरू हो जांदी। ते उस चंगियाई दा एक गुमान, एक छोटा जिहा माण, एक हंकार बनन दी संभावना उहदे विच बन जांदी है कि मैं दूसरिया तो श्रेष्ठ हाँ। कुदरती तौर पर वह दूसरों वेखता है कि वह गलीच ने, वह नीवे ने, वह पाप कर रहे हैं, वह अपराधी ने, वह विकारी ने। तो गुरु साहब न इस गल का खतरा है कि जेड़ा सिख चंगयाई के रस्ते तुरै परमात्मा के नाम नाल जुड़ गया, संभावना है कि माड़े मनुख नू देख के, विकारी मनुख नू देख के, हंकारी मनुख नू देख के एदी जेड़े मन की दशा है उदे विच इस विकारी बंदे दी निंदिया दा भाव पैदा हो जाएगा भी ये बंदा, ये मनुख संसार दे विच अत नीवा ज्यों रहा है। जे उथे ये रुक गया, कई धार्मिक बंदे तुसी देखोगे वो सब कुछ करते ने, नितनेम गुरद्वारा सब कुछ है, बड़ा सही जीवन चल रहा है, पर जदों कोल आके बैठणगे ना सारे संसार की व्याख्या करनी शुरू कर दे, बहुत भाव फैल गया है, दुनिया बहुत गर्क हो गई है, धर्म किते रहा ही नहीं। उस आदमी नूं उत्थे खतरा है भी वह दुनिया की व्याख्या विच इन्ना फस जाएगा भी उन्हूं अपना सफर करना भुल सकता है, वह लोगों बारे बोलता रहेगा, लोगों बारे सोचता रहेगा। उस बंदे की जिहड़ी बुद्धि है वह संसार की विचारधारा विच वितरेक बुद्धि जिहनूं कहिंदे ने, तर्क पैदा हो जाएगा उहदे विच, हर एक बंदे की कमी की व्याख्या दिन रात करनी शुरू कर देगा। सतगुरु नूं पता सी कि इत्थे आ के गुरसिख इस राह ते अटक जाएगा, फस जाएगा, जीवन नूं खराब कर लेगा। उस बीमारी तो बचण वास्ते गुरु ग्रंथ साहिब ने होर दवाई दित्ती, क्योंकि कई बीमारियां ने ना, जिवें शरीर दियां कई बीमारियां ने, इस तरह मन दियां भी कई बीमारियां ने। उत्थे गुरु साहिब ने शब्द की दवाई होर दित्ती, उन्होंने कहा सिखा ये शब्द जरूर पढ़िया कर कि हम नहीं चंगे बुरा नहीं कोए, प्रणवत नानक तारै सोए, भावना रख मन विच, कबीर सब ते हम बुरे, हम तज भलो सब कोए, जिन ऐसा कर बूझिया मीत हमारा सोए। हैण वो बुरे दे विच कोई शक नहीं है। गुरबाणी दे अंदर जेड़ियां जेड़ियां पंक्तियां उचारियां गईयां ने वो समय दे भेद विच उचारियां गईयां, समझ लेना सारियां पंक्तियां सारे लोगों वास्ते नहीं हैं, सारे शब्द जेड़े ने 1430 अंग ने ना, हजारां शब्द ने। तो गल तो इको ही है कि परमात्मा नूं चेते रखना चाहिए, पर इन्ने शब्द क्यों? क्योंकि जिन्ने मन दियां भूमिकावां हन, जिन्ना इस सफर दे विच मंजलां आउंदियां ने ते रुकावटां ते बीमारियां लगदियां ने, सारियां दी दवाई अलग अलग है। जिवें एक मैडिसन स्टोर भरिया होया तुसीं वेखदे हो, कितें वड्डे स्टोर विच आदमी जाए तो वेख के घबरा जांदा भी इन्नियां इन्नियां दवाइयां एक आदमी वास्ते, उन्हां नूं ते समझना भी मुश्किल हो जांदा। जिहड़ा हर रोज़ देंदा है उस नूं भी विच फीड करना पैंदा लिख लिख के, इन्नियां दवाइयां हन, पर उह सारियां दवाइयां सारियां वास्ते नहीं हन, उह एक दवाई किसी एक आदमी वास्ते है। तां गुरु ग्रंथ साहिब दे विच जिहड़ी शब्दां दी दवाई है ये बड़ी मुश्किल नाल सैटिंग जीवन विच ये जुगत समझ विच आउंदी कि मेरा शब्द केड़ा है, इहदे विच गुरु ने मेरे वास्ते की कहा है। तां उस थां ते जिथे गुरु साहिब ने कहा कि बिसर गई सब तात पराई, जब ते साध संगत मोहि पाई, ना को बैरी नहीं बेगाना, सगल संग हमको बन आई। अपराधी नूं भी उहदे विचों भी परमात्मा दे दीदार, हर एक दा भावें उह पाप भी कर रहा उहदा भी इउं प्रतीत होना भी उह भी ठीक कर रहा है, हालांकि उह ठीक है नहीं। इस गल नूं समझना, बड़े सज्जन कहिंदे जदों परमात्मा कराएगा उदों असीं कर लांगे, इह विचार मेरी समझ विच नहीं आउंदा।
परमात्मा कराएगा वो ही असी करांगे। इतने ब्रह्म ज्ञानी की संपूर्ण अवस्था है भी वो ही करता जिहड़ा परमात्मा करा रहा है, दूसरा वो करदा ही नहीं। जिथे नीवी पद्धर ते असी जी रहे हां उत्थे परमात्मा जो कुछ कराउणा चाहुंदा असी वो नहीं कर रहे, सच्चाई है गलत कर रहे हैं, ये समझ लेना चाहिए। तां ही ते सारा संसार गलती नूं भाणा कह के स्वीकार करी जांदा, लोग कह दिंदे ने भाणे दे विच ही सब कुछ। कदी बंदे ने यह नहीं कहा बे सामने जहर पई है तो मैं ये जहर नूं खाण लगा तो भाणा है वह, नहीं कहिंदा कदी, पता है ना उसका मौत हो जाएगी, शरीर मर जाएगा, ये नहीं कहिंदा कदी। पहला कह के भी भाणा होण लगा जे परमात्मा ने कहा जहर खा लो, नहीं कहा उसने। तां आदमी इन्हां गलत राहां नूं चुण लैंदा है कि जो कुछ मैं कर रहा वह रब ही करा रहा है, वो कराउण नाल सहमत नहीं। वो तां एक जग्यासू की दशा दे शब्द ने जिदे विच जदों आदमी अगे तुर पैंदा है ते उहदे मन विच हौमै पैदा होण दी संभावना हुंदी कि वह बुरे लोगों नूं माड़े लोगों नूं वेख के उहदे विच हंकार बनेगा कि मैं बहुत उच्चा ये बहुत नीवे ने। उहनूं बचाउण वास्ते शब्द कहे गए, ये दूसरी दशा है। दो चीज़ां आप जी की समझ विच आ गईआं होणगी, एक तां गुरु ग्रंथ साहिब जी की बाणी बुरियाई दे उत्ते टिक मार नहीं करदी भी ये ठीक है, जो समाज विच संसार विच गुरमत तो दूर कर्म चल रहे ने उन्हां नाल गुरु ग्रंथ साहिब जी की बाणी सहमत है नहीं। फिर जिथे जाके विच शब्द आउणगे बे कोई भी माड़ा नहीं सारे चंगे ने, वो शब्द केवल उस जग्यासू वास्ते ने जिहड़ा संसार तो उच्चा उठ के धर्म नूं कमाउण लग पिया है, ताँ कि उहदे विच होमै ना आवे। दो चीज़ां स्पष्ट हो गई। हुण तीसरी गल मैं आप जी नाल सांझी करनी चाहुंना, ये जिहड़े तीसरे शब्द ने गुरु ग्रंथ साहिब दे अंदर कि पापी तो पाप भी वह करवा रहा है, चंगे मनुख तो चंगयाई भी वह करा रहा है। ये दशा एक संपूर्ण ब्रह्म ज्ञानी की है जिथे जा के हर एक देह दे विच उहनूं परमात्मा ही वरतदा दिसदा है, जिन्हों सतगुरु ने कहा ये जग सच्चे की है कोठड़ी सच्चे का विचवास, उत्थे जा के उहदी दृष्टि खुल जाती है। एक अपराधी मनुख है, एक आदमी किन्नी तरह दियां बुराइयां ने, मैं थोड़ियां जिहियां चुण लवां। अजकल तो समाज विच बुराइयां दा हड़ आया होया है, बहुत ने, जे इस दी व्याख्या करनी होवे ते चंगयाई भुल ही जाएगी। जे बुराई दी सारी व्याख्या कर दीए ते आदमी बुखला जाएगा भी ये ते सारा कुछ ही गलत हो गया। तां खास तौर ते जिहड़ियां बुराइयां ने, नशा है, भरूण हत्या है, दाज दहेज की समस्या जिथे हर रोज बच्चियां साड़ियां जांदियां दाज वास्ते, ये सारियां चीज़ां हैं ना। तो ये कम गुरु ने कहा से भी कुड़ी मार नाल वर्तना नहीं, ख्याल रखना। दाज ते पाबंदी है गुरमत के अंदर, दहेज जिहड़ा जे जे दा कोई प्रगटावा करता है, इसलिए असीं कहने आ सिखी बचे नहीं, असीं सिखी वाले कर्म किहड़े कर रहे हैं। गुरु ने कहा भी गुरु सिखा तू जिहड़ा कुड़ी मार है उहदे नाल वर्ताव नहीं करना, वर्ताव नहीं करना उहदे नाल। गुरु ने कहा सी वर्ताव नहीं करना, तो हुण जिहड़ा सारिआं तों वड्डा सेवादार हथ विच चाकू लै के फिरदा भी लड़की पैदा होण वाली इहनूं मारना किवें है, खत्म किवें करना इसनूं, लोग उहनूं सेवादार कहिंदे होणगे, बहुत वड्डा बड़ा वड्डा धार्मिक मनुख, बड़े समागमां विच जाण वाला, पर कदी गुरु गोबिंद सिंह नूं गुरु ग्रंथ साहिब नूं पुछ के वेख्या है? फिर वो कह देंदे ने जी मजबूरी है साड़ी, की करिए, दाज कौन देगा लड़की नूं, कौन इहदी शादी करेगा, कौन इहदी हिफाजत करेगा। तो जे दाज की समस्या बनी संसार दे विच बुराई पैदा होवी, वह भी तो बंदे ने बनाई है ना, वह भी आदमी ने पैदा की, कोई कुदरत वालों थोड़ी दाज बनाया गया है। परमात्मा ने कित्थे पैदा किया सी दाज दहेज, किन्ने कित्थे बनाया सी, ਇਹ ਤਾਂ ਆਪ ਹੀ ਮਨੁੱਖ ਨੇ ਪੈਦਾ ਕੀਤਾ ਹੈ ਔਰ ਉਸ ਸ਼੍ਰੇਣੀ ਨੇ ਪੈਦਾ ਕੀਤਾ ਹੈ। ਇਸ ਲਈ ਕਹਿੰਦੇ ਨੇ
बच्चियां नूं मारन लई जिम्मेवार बच्चियां ही हन, माइयां ही हन, क्योंकि दाज की समस्या जिहड़ी 100 विचों 90 फीसदी जिथे भी यह घटना वापरदी उहदे पिछे उस घर की वड्डी माई हुंदी, उहदी सस हुंदी लड़की दी, वह कहिंदी वी इह चाहीदा इह चाहीदा, आदमी उहदे पिछे हुंदा है। तां इन्हां बुराइयां नूं आदमी ने जन्म दिता है। असीं अज कहिंदे आ जो कुछ हो रहा जी भाणे विच ही हो रहा, गुरु ने भाणा दिता सी किते किते बनाईयां सन चीज़ां बुराइयां। जिहड़ा मैं विशा लै रहा सी उहनूं क्लीयर करां समें विच कि तीसरी अवस्था हुण पापी पाप कर रहा है। एक नशई बंदा नशा पी रहा ते गुरु साहिब कहिंदे इह वी तेरे हुक्म द्वारा ही हो रहा है। विच एक शब्द आया वार वार, एक ना हुक्म समाए लै एक ना हुक्मे करे विनाश। इत्थे कहण दा भाव की है, इत्थे गुरु साहिब एक सच्चाई बयान कर रहे ने कि परमात्मा ने तेनू शक्ति दित्ती सी, तेरे अंदर ताकत पाई सी, पर तू उस शक्ति की दुरवरतों कर रहा है। अज तू दारू पी रहा है, अज ठेके वल जा रहा है, पर जा तू उस शक्ति द्वारे रहा जिहड़ी परमात्मा ने विच पाई है। जिदन मौत हो गई, जिदन अंदरों जोत निकल गई, उदन कोई मनुख किवें नशा खा सकता है। अंदर ताकत उहदी है, दुरवरतों आदमी करी जा रहा है, गलत वरतों उहदी कर रहा है। तां उस दशा विच जिहड़ा ब्रह्म ज्ञानी है ना, अंदर वरत दी जोत नूं देखदा है, ते ये तीसरी दशा है जिहदे अंदर उहदी नज़र जांदी है सारिआं ते पापियां ते पुन्नियां ते, ते उह वेख लैंदा है कि पाप भी अकाल पुरख के लोग तां ही करदे ना तेरी जोत इहनां विच वरत रही है। ये झूठ भी तां ही बोल रहा है, तू इहदे विच जोत पाई हुई है। जब अपनी जोत तू खिंचै स्वामी तब कोई करो दिखा बखियाना। आदमी नूं आजाद कीता सी अकाल पुरख ने कि मैं तेरे अंदर जोत पा दित्ती, ताकत पा दित्ती, इहदी हुण वरतों करनी है जां दुरवरतों, इह तेरे हथ विच है। तू दुरवरतों करनी शुरू कर दित्ती। तां इह तिन दिशावां हन, इन्हां नूं चंगी तरह जाण लैणा चाहीदा है कि पहली अवस्था गुरु ग्रंथ साहिब जी दी बाणी ने कदी भी बुराई नूं प्रवान नहीं कीता। और साडा इह कहना बिल्कुल गलत है कि जीवन दे अंदर जिहड़ा पाप असी कर रहे हां साडे तों परमात्मा करा रहा है, इह बिल्कुल गलती है। साडे जीवन इह साडे जीवन नाल सहमत नहीं। गुरु अंगद देव सच्चे पातशाह जिन्हां दी इह बाणी है उन्हां दे कोल समें दा शासक हमायू लंघदा होया खडूर साहिब आउंदा है। सतगुरु बैठे सन, कोई ध्यान नहीं दिता। वो बादशाह सी नाल फौज, ते जदों उहदा इन्ना सत्कार ना कीता गया जदों चाहुंदा सी जितना, ते इतिहास कहिंदा हमायू ने तलवार खिंच ली गुरु अंगद देव जी ते चलाउण वास्ते। गुरु अंगद देव जी दे उत्ते तलवार चलाउण वास्ते खिंच ली, सतगुरां ने अख चुक के वेख्या, एक बचन कहा सी क्योंकि शेर शाह सूरी जिहड़ा है इहदे तों हमायू हार के भज्जिया सी, ते लंघदा होया गुरु अंगद देव जी कोल आया सी। सतगुरां ने बचन कीता, कहन लगे हमायू इस तलवार नूं म्यान विच पा दे, जिथे इहदा चलण दा वक्त सी ते जिहड़ी थां सी उत्थे ते म्यान विच पा के आ गया, उत्थों ते भज के आ गया, दौड़ के आ गया, इत्थे इहदा की लावे, इत्थे इहदा काम ही कोई नहीं है। अंदर होश आ गए भी मैं किहड़े थां ते बुराई कर रहा हाँ, किहड़े थां ते गलत जा रहा। ताकत ते परमात्मा ने दिती है, दुरवरतों मनुख करदा है। इसलिए तीन विषय ने, पहला बुरियाई नूं गुरु ग्रंथ साहिब ने किते प्रवान नहीं कीता, दूसरे नंबर ते संसार विच जिन्नियां बुराइयां ने धार्मिक मनुख जिहड़ा अकाल पुरख वाहिगुरु ते राह ते जा रहा है उहदे नाम नाल जुड़िया होया है, वह सुचेत रहे कि धर्म के मार्ग से अजे पहला कदम धरदिआं सार संसार की बुराई अपने विच ना लिआउणी शुरू करे, उहदी व्याख्या ना करे, नहीं तो राह विच फस जाएगा। थोड़े जिहे लोग ने जिहड़े इन्ने अभ्यासी हो जांदे ने वी उह किसी की निंदिआ भी करन तां वी उहनां नूं दोष नहीं लगदा। वैसे एक निंदिआ जिहड़ा लफज है ना,
ਇਹਦਾ ਤੇ ਵਿਰੋਧ ਬੜਾ ਕੀਤਾ ਗਿਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਕਿ ਨਿੰਦਿਆ ਜਿਹੜੀ ਹੈ ਸਾਰੇ ਕੀਤੇ ਹੋਏ ਪੁੰਨ ਜਪ ਤਪ ਪਾਠ ਸਭ ਕੁਝ ਨਸ਼ਟ ਕਰ ਦਿੰਦੀ ਹੈ, ਸਭ ਕੁਝ ਖਤਮ ਕਰ ਦਿੰਦੀ ਹੈ। ਇੱਕ ਸਪੈਸ਼ਲ ਜਿਹੜਾ ਸ਼ਬਦ ਹੈ ਨਿੰਦਿਆ ਦੇ ਉੱਤੇ ਭਗਤ ਜੀ ਨੇ ਉਚਾਰਿਆ, ਤੇ ਉਹ ਨਿੰਦਿਆ ਕਦੋਂ ਪੈਦਾ ਹੁੰਦੀ ਹੈ? ਜਦੋਂ ਆਦਮੀ ਚੰਗਿਆਈ ਵੱਲ ਤੁਰਦਾ ਹੈ, ਆਲਾ ਦੁਆਲਾ ਮਾੜਾ ਦੇਖ ਕੇ ਉਹਦੀ ਨਿੰਦਿਆ ਕਰਨ ਲੱਗ ਪੈਂਦਾ। ਸਤਿਗੁਰੂ ਨੇ ਸ਼ਬਦਾਂ ਵਿੱਚ ਸਮਝਾਇਆ, ਕਹਿਣ ਲੱਗੇ ਤੂੰ ਆਲੇ ਦੁਆਲੇ ਦੀ ਵਿਆਖਿਆ ਨਾ ਕਰੀ, ਆਪਣੇ ਰਸਤੇ ਤੇ ਤੁਰੇ ਜਾ। ਇਹ ਦੂਸਰੀ ਦਸ਼ਾ ਹੈ। ਔਰ ਤੀਸਰੀ ਅਵਸਥਾ ਹੈ ਬ੍ਰਹਮ ਗਿਆਨੀ ਦੀ ਨਜ਼ਰ, ਜਦੋਂ ਅੰਦਰੋਂ ਨਾਮ ਦੁਆਰਾ ਪ੍ਰਗਾਸ਼ ਹੋ ਗਿਆ, ਤੇ ਫਿਰ ਤੀਸਰੀ ਦਸ਼ਾ ਬਣੇਗੀ ਜਿਹਦੇ ਵਿੱਚ ਸਾਰਾ ਸੰਸਾਰ, ਇੱਥੇ ਜੋ ਕੁਝ ਚੱਲ ਰਿਹਾ ਹੈ ਸਭ ਕੁਝ ਠੀਕ ਚੱਲਦਾ ਪ੍ਰਤੀਤ ਹੋਵੇਗਾ, ਸਭ ਕੁਝ ਠੀਕ ਚੱਲਦਾ ਪ੍ਰਤੀਤ ਹੋਵੇਗਾ। ਜਿੰਨਾ ਚਿਰ ਅਸੀਂ ਆਪ ਠੀਕ ਨਹੀਂ ਹੁੰਦੇ, ਉਨਾ ਚਿਰ ਸਾਰਾ ਸੰਸਾਰ ਭਾਵੇਂ ਕਿੰਨਾ ਵੀ ਠੀਕ ਹੋ ਜਾਏ, ਕਿੰਨਾ ਵੀ ਸੁਧਰ ਜਾਏ, ਸੰਸਾਰ ਠੀਕ ਚੱਲਦਾ ਪ੍ਰਤੀਤ ਨਹੀਂ ਹੋਵੇਗਾ। ਸਾਡੀ ਜ਼ਿੰਦਗੀ ਦਾ ਕੋਈ ਵੀ ਫੈਸਲਾ ਉਨਾ ਚਿਰ ਠੀਕ ਨਹੀਂ ਹੋ ਸਕਦਾ ਜਿੰਨਾ ਚਿਰ ਸਾਡਾ ਆਪਣਾ ਆਪ ਠੀਕ ਨਹੀਂ ਹੁੰਦਾ। ਇਸ ਕਰਕੇ ਸੰਸਾਰ ਨੂੰ ਸਵਰਗ ਵੇਖਣਾ ਚਾਹੁੰਦਾ ਹੈ ਮਨੁੱਖ, ਸੰਸਾਰ ਨੂੰ ਸੁੱਖ ਦੇ ਰੂਪ ਵਿੱਚ ਦੇਖਣਾ ਚਾਹੁੰਦਾ ਹੈ। ਸਤਿਗੁਰੂ ਨੇ ਬਚਨ ਕੀਤੇ ਆਪਣੇ ਆਪ ਨੂੰ ਠੀਕ ਕਰ ਲੈ, ਆਪਣੇ ਆਪ ਨੂੰ ਸੁਖੀ ਕਰ ਲੈ, ਸਾਰਾ ਸੰਸਾਰ ਸੁਖੀ ਦਿਸੇਗਾ। ਜਿਹੜਾ ਆਪ ਦੁਖੀ ਹੈ ਉਹਨੂੰ ਸਾਰਾ ਸੰਸਾਰ ਦੁਖੀ ਦਿਸਦਾ ਹੈ। ਇਸ ਕਰਕੇ ਤੀਜੀ ਅਵਸਥਾ, ਪਰ ਇਹ ਸਮਝ ਤਾਂ ਆ ਸਕਦੀ ਏ, ਸਤਿਗੁਰਾਂ ਨੇ ਬਚਨ ਕੀਤੇ ਨਾਨਕ ਗੁਰਮੁਖ ਜਾਣੀਐ ਜਾਂ ਕੋ ਆਪ ਕਰੇ ਪ੍ਰਗਾਸ। ਜੇ ਕਿਸੇ ਮਨੁੱਖ 'ਤੇ ਕਿਰਪਾ ਕਰਦਾ, ਉਹਦੇ ਅੰਦਰ ਪ੍ਰਕਾਸ਼ ਦੀ ਕਣੀ ਪੈਦਾ ਹੋ ਜਾਏ ਤਾਂ ਉਹ ਇਸ ਹੁਕਮ ਨੂੰ ਸਮਝ ਲੈਂਦਾ। ਹੁਣ ਇਹਨਾਂ ਇੱਕ ਇੱਕ ਪੰਕਤੀਆਂ ਨੂੰ ਆਪਾਂ ਸਮਝਣ ਦਾ ਯਤਨ ਕਰੀਏ। ਇੱਕ ਨਾ ਹੁਕਮ ਸਮਾਏ ਲੈ, ਕਈ ਗੁਰਮੁਖਾਂ ਨੂੰ ਆਪਣੇ ਹੁਕਮ ਦੁਆਰਾ ਉਹ ਆਪਣੇ ਚਰਨਾਂ ਦੇ ਵਿੱਚ ਸਮਾਈ ਬਖਸ਼ ਦਿੰਦਾ, ਆਪਣੇ ਵਿੱਚ ਮਿਲਾ ਦਿੰਦਾ ਹੈ, ਆਪਣੇ ਅੰਦਰ ਜੋੜ ਲੈਂਦਾ। ਇੱਕ ਨਾ ਹੁਕਮ ਸਮਾਏ ਲੈ, ਇਹ ਹੁਕਮ ਕੀ ਹੈ? ਇਹਨੂੰ ਥੋੜ੍ਹਾ ਜਿਹਾ ਆਪਾਂ ਥੋੜ੍ਹੇ ਮਿੰਟਾਂ ਵਿੱਚ ਇਸ ਵਿਸ਼ੇ ਨੂੰ ਵੀ ਸਮਝਣਾ ਹੈ। ਹੁਕਮ ਕਿਹਨੂੰ ਕਹਿੰਦੇ ਨੇ? ਗੁਰਬਾਣੀ ਵਿੱਚ ਦੋ ਤਰ੍ਹਾਂ ਦਾ ਹੁਕਮ ਆਇਆ, ਧਿਆਨ ਦੇਣਾ, ਦੋ ਤਰ੍ਹਾਂ ਦਾ ਹੁਕਮ। ਇੱਕ ਹੁਕਮ ਹੈ ਜਿਹੜਾ ਬਾਹਰੀ ਤੌਰ 'ਤੇ ਗੁਰੂ ਸਾਹਿਬ ਨੇ ਸਾਨੂੰ ਦਿੱਤਾ ਕਿ ਗੁਰਸਿੱਖ ਨੇ ਕੀ ਜੀਵਨ ਵਿੱਚ ਕਰਨਾ ਹੈ। ਆਪਾਂ ਬਾਣੀ ਵਿੱਚ ਪੜ੍ਹਦੇ ਹਾਂ ਕਿ ਜੋ ਗੁਰ ਕਹੇ ਸੋਈ ਭਲ ਮਾਨੋ। ਜੋ ਕੁਝ ਗੁਰੂ ਦੇ ਮੂੰਹ ਤੋਂ ਨਿਕਲਿਆ, ਜੋ ਕੁਝ ਗੁਰਬਾਣੀ ਵਿੱਚ ਜਿਵੇਂ ਜਿਵੇਂ ਜਿਉਣ ਦਾ ਢੰਗ ਦਿੱਤਾ ਗਿਆ, ਉਹਨੂੰ ਕਹਿੰਦੇ ਨੇ ਗੁਰੂ ਦਾ ਹੁਕਮ, ਕਿਹਾ ਹੋਇਆ ਹੁਕਮ, ਬੋਲਿਆ ਹੋਇਆ ਹੁਕਮ। ਇਹ ਪਹਿਲੀ ਤਰ੍ਹਾਂ ਦਾ ਹੁਕਮ ਹੈ। ਦੂਸਰੀ ਤਰ੍ਹਾਂ ਦਾ ਹੁਕਮ ਹੈ ਜਿਹੜਾ ਗੁਰੂ ਨੇ ਹੁਕਮ ਦਿੱਤਾ ਉਹਨੂੰ ਜੀਵਨ ਵਿੱਚ ਕਮਾਉਣਾ, ਤੇ ਜਿਹਨੂੰ ਅੱਜ ਕਹਿ ਰਹੇ ਨੇ ਹੁਕਮ ਦੁਆਰਾ ਸ਼ਬਦ ਵਿੱਚ ਬੰਦਾ ਸਮਾ ਜਾਂਦਾ ਹੈ। ਇਹ ਤੀਸਰਾ ਹੁਕਮ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਪਹਿਲੇ ਦੋ ਹੁਕਮ ਬੰਦਾ ਕਮਾਏਗਾ ਤਾਂ ਤੀਸਰਾ ਉਹਦੀ ਸਮਝ ਵਿੱਚ ਆਏਗਾ, ਤਾਂ ਉਹਦੇ ਜੀਵਨ ਵਿੱਚ ਤੀਸਰਾ ਹੁਕਮ ਪਕੜ ਵਿੱਚ ਆਏਗਾ। ਵੈਸੇ ਦੋ ਚੀਜ਼ਾਂ ਗੁਰੂ ਸਾਹਿਬ ਨੇ ਆਪਣੇ ਹੁਕਮ ਵਿੱਚ ਕਹੀਆਂ, ਮੈਂ ਮੋਟੇ ਤੌਰ 'ਤੇ, ਸ਼ਬਦ ਤਾਂ ਬਹੁਤ ਨੇ ਪਰ ਸਮੇਂ ਅਨੁਸਾਰ ਦੋ ਚੀਜ਼ਾਂ ਦਾ ਗੁਰੂ ਸਾਹਿਬ ਨੇ ਬਾਣੀ ਵਿੱਚ ਹੁਕਮ ਦਿੱਤਾ ਹੈ ਸਾਨੂੰ। ਦੋ ਚੀਜ਼ਾਂ ਉਹਨਾਂ ਨੇ ਸਾਨੂੰ ਬਖਸ਼ਿਸ਼ ਕੀਤੀਆਂ। ਉਹਦੇ ਵਿੱਚ ਪਹਿਲਾ ਹੁਕਮ ਹੈ ਕਿ ਸਿਮਰਨ ਕਰ, ਇਹ ਸਭ ਤੋਂ ਪਹਿਲਾ ਹੁਕਮ ਹੈ। ਸਰੀਰ ਦੀ ਮਰਿਆਦਾ ਉਹਨਾਂ ਬਾਅਦ ਵਿੱਚ ਦੱਸੀ ਹੈ। ਤੁਸੀਂ ਬਾਣੀ ਪੜ੍ਹੋਗੇ ਨਾ, ਗੁਰੂ ਰਾਮਦਾਸ ਜੀ ਦਾ ਸ਼ਬਦ ਹੈ, ਉਹਦੇ ਵਿੱਚ ਆਰੰਭਕ ਜਿਹੜਾ ਹੁਕਮ ਹੈ ਉਹ ਨਾ ਇਹ ਹੈ ਵੀ ਤੂੰ ਖਾਣਾ ਕੀ ਹੈ, ਤੂੰ ਵੇਖਣਾ ਕੀ ਹੈ, ਤੂੰ ਬੋਲਣਾ ਕੀ ਹੈ, ਤੂੰ ਪਹਿਨਣਾ ਕੀ, ਇਹ ਪਹਿਲਾ ਹੁਕਮ ਨਹੀਂ। ਸਭ ਤੋਂ ਪਹਿਲਾ ਹੁਕਮ ਹੈ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ। ਇਹ ਪਹਿਲਾ ਹੁਕਮ ਹੈ ਗੁਰੂ ਦਾ। ਤੇ ਤਰਤੀਬ ਵਾਰ ਹੁਕਮ ਦਿੱਤਾ ਗਿਆ ਕਿ ਜੇ ਪਹਿਲਾ ਹੁਕਮ ਕਮਾਏਗਾ ਤੇ ਤਾਂ ਦੂਜਿਆਂ ਵੱਲ ਵਧੇਗਾ। ਪਹਿਲਾ ਹੁਕਮ ਨਾਮ ਨਾਲ ਜੁੜਨ ਦਾ ਹੈ। ਤਾਂ ਪਹਿਲਾ ਹੁਕਮ ਹੈ ਸਿਮਰਨ, ਦੂਸਰਾ ਹੁਕਮ ਹੈ ਸਾਧਨਾ। ਦੋ ਚੀਜ਼ਾਂ ਨੂੰ ਧਿਆਨ ਵਿੱਚ ਰੱਖਣਾ, ਦੋ ਚੀਜ਼ਾਂ ਇਕੱਠੀਆਂ ਹੋਣੀਆਂ ਚਾਹੀਦੀਆਂ ਜੀਵਨ ਵਿੱਚ, ਸਿਮਰਨ ਔਰ ਸਾਧਨਾ। ਸਾਧਨਾ ਵੱਖਰੀ ਹੈ, ਸਿਮਰਨ ਵੱਖਰਾ ਹੈ।
ਜਦੋਂ ਇਹ ਦੋ ਚੀਜ਼ਾਂ ਜੁੜ ਗਈਆਂ ਉਸ ਵਕਤ ਅਗਲੀ ਗੱਲ ਸ਼ੁਰੂ ਹੋ ਜਾਏਗੀ ਜਿਹੜੀ ਸਾਰੀ ਦੀ ਸਾਰੀ ਅਧਿਆਤਮਵਾਦ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ। ਦੋ ਚੀਜ਼ਾਂ ਪਹਿਲਾਂ ਹੋਣੀਆਂ ਚਾਹੀਦੀਆਂ, ਉਹਦੇ ਵਿੱਚ ਪਹਿਲੀ ਹੈ ਸਿਮਰਨ, ਦੂਸਰੀ ਹੈ ਸਾਧਨਾ। ਸਿਮਰਨ ਕਿਸ ਨੂੰ ਕਹਿੰਦੇ ਨੇ? ਸਿਮਰਨ ਦੇ ਅਰਥ ਨੇ ਨਾਮ ਜਪਣਾ, ਪਰਮਾਤਮਾ ਨੂੰ ਚੇਤੇ ਕਰਨਾ, ਗੁਰਬਾਣੀ ਪੜ੍ਹਨੀ, ਇਹ ਸਿਮਰਨ ਵਿੱਚ ਆ ਜਾਂਦਾ ਹੈ। ਪਰ ਇਕੱਲਾ ਸਿਮਰਨ ਉਨ੍ਹਾਂ ਚਿਰ ਕੰਮ ਨਹੀਂ ਕਰੇਗਾ ਜਿੰਨਾ ਚਿਰ ਜ਼ਿੰਦਗੀ ਵਿੱਚ ਸਾਧਨਾ ਨਹੀਂ ਹੈ। ਸਾਧਨਾ ਦੇ ਅਰਥ ਨੇ ਜਿਸ ਸਰੀਰ ਦੁਆਰਾ ਸਿਮਰਨ ਕੀਤਾ ਜਾ ਰਿਹਾ ਹੈ, ਹੁਣ ਸਾਰਾ ਦਿਨ ਸਵੇਰੇ ਜਾਗਣ ਤੋਂ ਲੈ ਕੇ ਸ਼ਾਮ ਦੇ ਸੌਣ ਤੱਕ ਇਸ ਸਰੀਰ ਨਾਲ ਜਿਹੜੇ ਜਿਹੜੇ ਕਰਮ ਕਰਨੇ ਨੇ ਉਹਨਾਂ ਨੂੰ ਸਾਧ ਕੇ ਕਰਨਾ ਹੈ, ਜੁਗਤ ਵਿੱਚ ਕਰਨਾ ਹੈ। ਇਹ ਦੋ ਚੀਜ਼ਾਂ ਜਿੰਨਾ ਚਿਰ ਨਹੀਂ ਮਿਲਦੀਆਂ ਉਹਨਾਂ ਚਿਰ ਸਿਮਰਨ ਜਿਹੜਾ ਜ਼ਿੰਦਗੀ ਵਿੱਚ ਤਬਦੀਲੀ ਨਹੀਂ ਲਿਆਉਂਦਾ। ਇਹ ਗੱਲ ਖਿਆਲ ਵਿੱਚ ਰੱਖਣਾ, ਕਿਉਂਕਿ ਇਸ ਸਰੀਰ ਨਾਲ ਕੰਮ ਕਰਨਾ ਹੈ ਨਾ, ਜਿਹੜਾ ਸਿਮਰਨ ਕਰ ਰਹੇ ਹਾਂ ਸਰੀਰ ਦੁਆਰਾ ਕਰ ਰਹੇ ਹਾਂ। ਤਾਂ ਇਹ ਦੋ ਚੀਜ਼ਾਂ, ਸਿਮਰਨ ਪਰਮਾਤਮਾ ਦਾ, ਸਾਧਨਾ ਆਪਣੇ ਜੀਵਨ ਦੀ, ਸਾਰਾ ਦਿਨ ਸਵੇਰੇ ਜਾਗਣ ਤੋਂ ਲੈ ਕੇ ਸ਼ਾਮ ਦੇ ਸੌਣ ਤੱਕ ਸਰੀਰ ਨਾਲ ਔਰ ਮਨ ਨਾਲ ਕੀ ਕਰਨਾ ਹੈ, ਉਹਨੂੰ ਸਿੱਖਣ ਦਾ ਯਤਨ ਕਰਨਾ, ਉਸ ਨੂੰ ਧਾਰਨ ਕਰਨ ਦਾ ਯਤਨ ਕਰਨਾ, ਇਹਨੂੰ ਸਾਧਨਾ ਕਹਿੰਦੇ ਨੇ। ਜਿਹੜਾ ਸਰੀਰ ਸਾਧਨਾ ਵਿੱਚੋਂ ਚੰਗੀ ਤਰ੍ਹਾਂ ਗੁਜ਼ਰ ਗਿਆ, ਉਹਦਾ ਕੀਤਾ ਹੋਇਆ ਥੋੜ੍ਹਾ ਜਿਹਾ ਸਿਮਰਨ ਉਹਦੇ ਜੀਵਨ ਵਿੱਚ ਜ਼ਿਆਦਾ ਤਬਦੀਲੀ ਲਿਆਏਗਾ। ਥੋੜ੍ਹਾ ਜਿਹਾ ਸਿਮਰਨ, ਬਿਲਕੁਲ ਛੋਟਾ ਸਿਮਰਨ। ਤਾਂ ਸਾਧਨਾ ਦੱਸੀ ਗੁਰੂ ਸਾਹਿਬ ਨੇ, ਸਤਿਗੁਰੂ ਨੇ ਸਵੇਰੇ ਜਾਗਣ ਤੋਂ ਲੈ ਕੇ ਸ਼ਾਮ ਦੇ ਆਰਾਮ ਸੌਣ ਤੱਕ ਦੇ ਸਰੀਰ ਦੇ ਜਿੰਨੇ ਕਰਮ ਨੇ, ਸਰੀਰ ਨਾਲ ਜਿਹੜੇ ਜਿਹੜੇ ਕਰਮ ਕਰਨੇ ਆ, ਉਹਦੇ ਵਿੱਚ ਸਭ ਤੋਂ ਪਹਿਲਾਂ ਖਾਣਾ ਪੀਣਾ ਆਉਂਦਾ ਹੈ। ਤਾਂ ਖਾਣੇ ਪੀਣੇ ਨੂੰ ਗੁਰੂ ਸਾਹਿਬ ਨੇ ਕਿਹਾ ਸਭ ਤੋਂ ਪਹਿਲਾਂ ਸਾਧਨਾ ਵਿੱਚ ਲੈ ਕੇ ਆ। ਗੁਰਸਿੱਖ ਥੋੜ੍ਹਾ ਬੋਲਣਾ, ਥੋੜ੍ਹਾ ਸੌਣਾ, ਥੋੜ੍ਹਾ ਖਾਣਾ। ਸਿਮਰਨ ਕੰਮ ਤਾਂ ਕਰੇਗਾ, ਬਾਣੀ ਪੜ੍ਹੀ ਕੰਮ ਤਾਂ ਕਰੇਗੀ ਜੇ ਇਹਨਾਂ ਚੀਜ਼ਾਂ ਵੱਲ, ਸਾਧਨਾ ਵੱਲ ਧਿਆਨ ਦੇਵੇਗਾ। ਸਭ ਤੋਂ ਪਹਿਲਾਂ ਖਾਣਾ ਪੀਣਾ, ਜੇ ਖਾਣਾ ਪੀਣਾ ਜੁਗਤ ਵਿੱਚ ਹੈ ਤਾਂ ਉਹ ਜਿਹੜਾ ਸਿਮਰਨ ਕੀਤਾ ਹੋਇਆ ਅੰਦਰ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਵੈਸੇ ਤਜਰਬੇਕਾਰ ਜਿਨ੍ਹਾਂ ਨੇ ਸਿਮਰਨ ਕੀਤਾ, ਕਮਾਈਆਂ ਕੀਤੀਆਂ, ਉਹਨਾਂ ਦਾ ਤਾਂ ਇੱਕ ਤਜਰਬਾ ਵੀ ਹੈ। ਮੈਂ ਕਿਸੇ ਮਹਾਂਪੁਰਸ਼ ਦੇ ਬਚਨ ਪੜ੍ਹ ਰਿਹਾ ਸਾਂ, ਉਹਨਾਂ ਨੇ ਕਿਸੇ ਜਗਿਆਸੂ ਨਾਲ ਗੱਲ ਕਰਦਿਆਂ ਗੱਲ ਕਹੀ ਕਿ ਜਿਉਂ ਜਿਉਂ ਸਾਧਨਾ ਅਤੇ ਸਿਮਰਨ ਇਕੱਠੇ ਹੁੰਦੇ ਨੇ, ਬੰਦੇ ਦਾ ਪਹਿਲਾ ਸਰੀਰ ਮਰਦਾ ਜਾਂਦਾ ਹੈ, ਨਸ਼ਟ ਹੁੰਦਾ ਜਾਂਦਾ, ਖਾਤਮਾ ਹੁੰਦਾ ਜਾਂਦਾ, ਇਸ ਦਾ ਪਤਾ ਨਹੀਂ ਲੱਗਦਾ ਬਾਹਰੀ ਤੌਰ 'ਤੇ। ਪਰ ਸਿਮਰਨ ਪਹਿਲਾਂ ਇਸ ਸਾਰੇ ਸਰੀਰ ਨੂੰ ਮਾਰ ਦਿੰਦਾ ਹੈ ਅਤੇ ਫਿਰ ਨਾਮ ਵਾਲਾ ਸਰੀਰ ਮਿਲਦਾ ਉਸ ਨਾਮੀ ਬੰਦੇ ਨੂੰ, ਉਹ ਦੂਸਰਾ ਸਰੀਰ ਹੈ। ਜਦੋਂ ਮੈਂ ਉਹਨਾਂ ਦਾ ਵਿਚਾਰ ਪੜ੍ਹਿਆ ਮੈਨੂੰ ਥੋੜ੍ਹਾ ਜਿਹਾ ਗੱਲ ਆਊਟ ਜੀ ਦਿਸੀ ਵੀ ਇਹ ਕਿਵੇਂ ਹੋ ਸਕਦਾ। ਪਰ ਕਈ ਦਿਨਾਂ ਬਾਅਦ ਜਦੋਂ ਸਲੋਕ 12 ਅਤੇ ਵਧੀਕ ਗੁਰੂ ਅਮਰਦਾਸ ਜੀ ਦੇ ਬਚਨ ਪੜ੍ਹੇ ਨਾ, ਜਿਹਦੇ ਵਿੱਚ ਉਹਨਾਂ ਕਿਹਾ ਹੈ ਕਿ ਲੋਭ ਦੀ ਰੱਤ ਅੰਦਰੋਂ ਸੜ ਜਾਂਦੀ ਹੈ ਬੰਦੇ ਵਿੱਚੋਂ ਨਾਮ ਜਪਦਿਆਂ, ਭੈ ਪਈ ਹੈ ਤਨ ਖੀਣ ਹੋਏ, ਲੋਭ ਰੱਤ ਵਿੱਚੋਂ ਜਾਏ, ਜਿਉਂ ਬੈਸੰਤਰ ਧਾਤ ਸ਼ੁੱਧ ਹੋਏ, ਤਿਉਂ ਹਰ ਕਾ ਭਉ ਦੁਰਮਤ ਮੈਲ ਗਵਾਏ। ਇਹ ਗੱਲ ਸਪਸ਼ਟ ਹੋ ਗਈ। ਉਹਨਾਂ ਜਿਹੜੀ ਵਿਆਖਿਆ ਕੀਤੀ, ਸ਼ਾਇਦ ਉਹਨਾਂ ਇਹ ਪੰਕਤੀ ਪੜ੍ਹੀ ਸੀ ਜਾਂ ਨਹੀਂ, ਪਰ ਉਹਨਾਂ ਨੇ ਇਹਨੂੰ ਪ੍ਰੈਕਟੀਕਲ ਕੀਤਾ ਹੋਇਆ ਸੀ ਵੀ ਅੰਦਰੋਂ ਪੁਰਾਣੇ ਸਰੀਰ ਦਾ ਖਾਤਮਾ ਕਰਨਾ ਸ਼ਬਦ ਦੁਆਰਾ, ਜਿਹੜਾ ਲੋਭ ਵਿੱਚ ਭਰਿਆ ਹੋਇਆ, ਅਤੇ ਦੂਸਰਾ ਸਰੀਰ ਬਾਅਦ ਵਿੱਚ ਬਣੇਗਾ ਜਿਹਨੂੰ ਕਹਿੰਦੇ ਨੇ ਕੰਚਨ ਕਾਇਆ ਕਸੀਐ ਬੰਨੀ ਚੜ੍ਹੈ ਚੜਾਓ। ਤਾਂ ਇਹ ਜਦੋਂ ਮਨੁੱਖ ਸਾਧਨਾ ਵਿੱਚ ਲਿਆਏਗਾ ਆਪਣੇ ਸਰੀਰ ਨੂੰ, ਥੋੜ੍ਹਾ ਖਾਣਾ, ਜੁਗਤ ਅਨੁਸਾਰ ਖਾਣਾ, ਸਰੀਰ ਨੂੰ ਜਿਤਨਾ ਕੁਝ ਚਾਹੀਦਾ ਉਨਾ ਜ਼ਰੂਰ ਖਾਣਾ, ਨਾ ਘੱਟ ਖਾਣਾ ਨਾ ਜ਼ਿਆਦਾ ਖਾਣਾ, ਇੰਨਾ ਵੀ ਖਾਣਾ ਨਾ ਛੱਡ ਦੇਣਾ ਕਿ ਬੰਦੇ ਦਾ ਧਿਆਨ ਖਾਣ ਪੀਣ ਵਿੱਚ ਰਹੇ ਵੀ ਮੈਂ ਖਾਧਾ ਕੁਝ ਨਹੀਂ ਹੈ, ਧਿਆਨ ਨੂੰ ਕੱਢਣਾ ਹੈ ਨਾ ਸਰੀਰ ਦੇ ਵਿੱਚੋਂ। ਥੋੜ੍ਹਾ ਬੋਲਣਾ, ਸਾਰਾ ਦਿਨ ਬੇਕਾਰ ਵਿੱਚ ਨਾ ਬੋਲਣਾ, ਉਹਦੇ ਨਾਲ ਵੀ ਉਹ ਜੀਵਨ ਦੀ ਐਨਰਜੀ ਵੇਸਟ ਹੁੰਦੀ ਹੈ। ਕੀ ਵੇਖਣਾ ਹੈ, ਇਹ ਵੀ ਇੱਕ ਸਾਧਨਾ ਹੈ, ਵੇਖਣ ਦੀ ਸਾਧਨਾ ਕਰਨੀ, ਘੱਟ ਤੋਂ ਘੱਟ ਵੇਖਣਾ, ਘੱਟ ਤੋਂ ਘੱਟ ਸੁਣਨਾ, ਇਹ ਚੀਜ਼ਾਂ ਪਾਬੰਦੀ ਵਿੱਚ ਨਹੀਂ ਆਉਂਦੀਆਂ। ਤਾਂ ਇਹ ਤਾਂ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਪੰਡਿਤ ਜੀ ਨੂੰ
ਜਦੋਂ ਉਹਨਾਂ ਨੇ ਕਿਹਾ ਜਨੇਊ ਪਾਉਣਾ ਬੜਾ ਜ਼ਰੂਰੀ ਹੈ, ਤਾਂ ਸਤਿਗੁਰਾਂ ਨੇ ਕਿਹਾ ਜਨੇਊ ਪਾਉਣਾ ਜ਼ਰੂਰੀ ਹੈ ਪਰ ਨਾਲ ਸਾਧਨਾ ਤੇ ਕੋਈ ਨਹੀਂ। ਤਗ ਨਾ ਇੰਦਰੀ ਤਗ ਨਾ ਨਾਰੀ ਭਲਕੇ ਥੁੱਕ ਪਵੇ ਨਿਤ ਦਾੜੀ, ਤਗ ਨਾ ਪੈਰੀ ਤਗ ਨਾ ਹੱਥੀ ਤਗ ਨਾ ਜੇਵਾ ਤਗ ਨਾ ਅੱਖੀ, ਵੇ ਤੱਗਾ ਆਪੇ ਵੱਤੈ ਵੱਟ ਧਾਗੇ ਅਵਰਾਂ ਘੱਤੈ। ਜੀਵਨ ਦੇ ਵਿੱਚ ਸਾਧਨਾ ਤੇ ਹੈ ਹੀ ਕੋਈ ਨਹੀਂ, ਨਾ ਖਾਣ ਦੀ ਸਾਧਨਾ ਤੱਗ ਨਾ ਜੇਵਾ, ਨਾ ਵੇਖਣ ਦੀ ਸਾਧਨਾ ਤੱਗ ਨਾ ਅੱਖੀ, ਕੰਨੀ ਸੂਤਕ ਕੰਨ ਪੈ ਲਾਏ ਤੁਬਾਰੀ ਖਾਏ, ਨਾ ਕੰਨਾਂ ਦੀ ਸਾਧਨਾ ਹੈ, ਕੋਈ ਵੀ ਸਾਧਨਾ ਨਹੀਂ ਜੀਵਨ ਵਿੱਚ। ਸਿਮਰਨ ਹੈ ਇਕੱਲਾ ਕੀ ਕਰੇਗਾ, ਕਿੰਨੇ ਜਪ ਤਪ ਹੋ ਰਹੇ ਨੇ ਤੁਸੀਂ ਵੇਖਦੇ ਹੋ ਨਾ, ਕਿੰਨੇ ਸਮਾਗਮ ਨੇ, ਕਿੰਨਾ ਕਿੰਨਾ ਲੰਮਾ ਸਮਾਂ ਜਪਿਆ ਜਾਂਦਾ ਹੈ, ਪਰ ਉਹ ਜਪਿਆ ਹੋਇਆ ਸਾਡੇ ਜੀਵਨ ਵਿੱਚ ਤਬਦੀਲੀ ਕਿਉਂ ਨਹੀਂ ਲਿਆਉਂਦਾ? ਉਹਦੇ ਕਾਰਨ ਸਿਰਫ ਇਹ ਨੇ, ਆਦਮੀ ਇਕੱਲਾ ਜਪ ਰਿਹਾ, ਸਾਧਨਾ ਨਹੀਂ ਕਰ ਰਿਹਾ, ਸਰੀਰ ਦੀ ਜੀਵਨ ਦੀ ਸਾਧਨਾ ਨਹੀਂ ਹੈ। ਜੇ ਜੀਵਨ ਦੀ ਸਾਧਨਾ ਦੇ ਨਾਲ ਸ਼ਬਦ ਆ ਗਿਆ, ਉਸ ਧਰਤੀ ਵਿੱਚ ਸ਼ਬਦ ਜ਼ਰੂਰ ਉੱਗੇਗਾ, ਕੋਈ ਮਤਲਬ ਹੀ ਨਹੀਂ ਨਾ ਉੱਥੇ ਪੈਦਾ ਹੋਵੇ। ਤਾਂ ਇਹ ਦੋ ਚੀਜ਼ਾਂ ਗੁਰੂ ਸਾਹਿਬ ਨੇ ਕਹੀਆਂ, ਸਵੇਰ ਤੋਂ ਲੈ ਕੇ ਸ਼ਾਮ ਤੱਕ ਸਰੀਰ ਨੂੰ ਯੋਗ ਬੈਲੈਂਸ ਵਿੱਚ ਲੈ ਕੇ ਆਉਣਾ, ਉਹਦੇ ਤੋਂ ਬਾਅਦ ਫਿਰ ਸਿਮਰਨ ਕਰਨਾ। ਜਦੋਂ ਇਹ ਦੋ ਚੀਜ਼ਾਂ ਆਦਮੀ ਜੀਵਨ ਵਿੱਚ ਕਰੇਗਾ, ਜੋ ਕੁਝ ਇਹ ਗੁਰੂ ਨੇ ਕਿਹਾ, ਮੈਂ ਕਿਹਾ ਸੀ ਦੋ ਤਰ੍ਹਾਂ ਦਾ ਹੁਕਮ, ਇਹ ਹੈ ਸਿਮਰਨ ਕਰਨਾ ਅਤੇ ਸਰੀਰ ਦੀ ਸਾਧਨਾ ਕਰਨੀ, ਇਹ ਦੋ ਤਰ੍ਹਾਂ ਦਾ ਹੁਕਮ ਹੈ। ਫਿਰ ਜਿਹੜਾ ਤੀਸਰਾ ਹੁਕਮ ਗੁਰੂ ਸਾਹਿਬ ਜੀ ਨੂੰ ਕਹਿ ਰਹੇ ਨਾ, ਇੱਕ ਨਾ ਹੁਕਮ ਸੰਭਾਏ ਲੈ, ਫਿਰ ਉਸ ਹੁਕਮ ਦੀ ਸਮਝ ਆਉਣੀ ਸ਼ੁਰੂ ਹੋ ਜਾਏ ਵੀ ਉਹ ਤੀਸਰਾ ਵੀ ਹੁੰਦਾ ਹੈ, ਉਹ ਤੀਸਰਾ ਹੁਕਮ ਸਾਡੀ ਸਮਝ ਵਿੱਚ ਆ ਜਾਏਗਾ, ਉਹ ਇਸ ਤਰ੍ਹਾਂ ਦੀ ਚੀਜ਼ ਹੈ। ਵੈਸੇ ਗੁਰਬਾਣੀ ਨੂੰ ਪੜ੍ਹੀਏ ਤਾਂ ਗੁਰੂ ਸਾਹਿਬ ਕਹਿੰਦੇ ਨੇ ਏਕੋ ਨਾਮ ਹੁਕਮ ਹੈ, ਸ਼ਬਦ ਹੀ ਹੁਕਮ ਹੈ, ਉਹਦਾ ਕੋਈ ਸਰੂਪ ਨਹੀਂ। ਪਸਰਿਓ ਆਪ ਹੋਏ ਅਨੰਤ ਤਰੰਗ, ਸੁਖਮਣੀ ਸਾਹਿਬ ਵਿੱਚ ਪੜ੍ਹ ਕੇ ਦੇਖਣਾ, ਪਸਰਿਓ ਆਪ, ਪਸਰਿਓ ਦਾ ਅਰਥ ਹੈ ਖਿਲਰਿਆ ਹੋਇਆ ਹੈ, ਹੋਏ ਅਨੰਤ ਤਰੰਗ, ਤਰੰਗ ਦਾ ਅਰਥ ਹੈ ਛੋਟੇ ਛੋਟੇ ਵੇਵਸ ਬਣ ਕੇ, ਤਰੰਗਾਂ ਬਣ ਕੇ, ਛੋਟੇ ਛੋਟੇ ਕਣ ਬਣ ਕੇ ਇਸ ਬ੍ਰਹਿਮੰਡ ਦੇ ਵਿੱਚ ਫੈਲਿਆ ਹੋਇਆ ਹੈ ਅਤੇ ਕੰਮ ਕਰੀ ਜਾ ਰਿਹਾ ਹੈ। ਉਹ ਜਿਹੜਾ ਹੁਕਮ ਹੈ ਸਾਰੇ ਜੀਵਾਂ ਨੂੰ ਚਲਾ ਰਿਹਾ ਹੈ ਅਦ੍ਰਿਸ਼ ਰੂਪ ਦੇ ਵਿੱਚ। ਜਿੱਥੇ ਕੋਈ ਗੁਰੂ ਦੇ ਹੁਕਮ ਨੂੰ ਕਮਾਉਂਦਾ ਹੈ ਅਤੇ ਗੁਰੂ ਕੇ ਸ਼ਬਦ ਨੂੰ ਕਮਾਉਂਦਾ ਹੈ, ਉਸ ਸ਼ਬਦ ਦੀ ਕਮਾਈ ਕਰਦਿਆਂ ਕਰਦਿਆਂ ਉਸ ਆਦਮੀ ਦਾ ਸੰਪਰਕ ਉਸ ਬ੍ਰਹਿਮੰਡ ਦੇ ਵਿੱਚ ਖਿਲਰੇ ਹੋਏ ਉਸ ਹੁਕਮ ਦੇ ਨਾਲ ਸੰਪਰਕ ਬਣਨਾ ਸ਼ੁਰੂ ਹੋ ਜਾਂਦਾ ਹੈ, ਉਹਦੇ ਨਾਲ ਉਹਦੀ ਸਾਂਝ ਬਣਨੀ ਸ਼ੁਰੂ ਹੋ ਜਾਂਦੀ ਹੈ। ਫਿਰ ਉਸ ਹੁਕਮ ਦੇ ਰਾਹੀਂ ਉਹ ਸਾਰੇ ਸੰਸਾਰ ਦੀ ਜਾਣਕਾਰੀ ਵੀ ਪ੍ਰਾਪਤ ਕਰ ਲੈਂਦਾ ਹੈ, ਸਾਰੇ ਸੰਸਾਰ ਵਿੱਚ ਕੀ ਹੋ ਰਿਹਾ ਹੈ, ਇਹ ਜਿਹੜਾ ਆਦਮੀ ਸਾਹਮਣੇ ਆਇਆ ਇਹਦੇ ਮਨ ਵਿੱਚ ਕੀ ਹੈ, ਸਭ ਕੁਝ ਹੁੰਦਾ ਨਾ। ਉਹ ਜੋ ਚਾਹੇ ਬ੍ਰਹਿਮੰਡ ਵਿੱਚ ਕਰਾ ਸਕਦਾ ਹੈ ਉਸ ਹੁਕਮ ਦੇ ਰਾਹੀਂ, ਕਿਉਂਕਿ ਉਹਨੇ ਸਾਰੀ ਸੰਸਾਰ ਨੂੰ ਫੜਿਆ ਹੋਇਆ ਆਪਣੇ ਹੱਥਾਂ ਵਿੱਚ, ਪਰ ਉਹ ਖੁਦ ਹੁਕਮ ਵਿੱਚ ਤੁਰਨ ਵਾਲਾ ਆਦਮੀ ਹੁੰਦਾ ਹੈ, ਉਹ ਦਖਲਅੰਦਾਜ਼ੀ ਨਹੀਂ ਕਰਦਾ। ਤਾਂ ਉਹ ਜਿਹੜਾ ਪਰਮਾਤਮਾ ਦਾ ਹੁਕਮ ਜਿਹਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ, ਮੈਂ ਤਾਂ ਇਹ ਬੇਨਤੀ ਕਰ ਰਿਹਾ ਵੀ ਅਸੀਂ ਅਖੰਡ ਪਾਠ ਬਹੁਤ ਕਰਾਉਂਦੇ ਹਾਂ, ਕਰਾਉਣੇ ਚਾਹੀਦੇ ਨੇ, ਬਾਣੀ ਪੜ੍ਹਨ ਨਾਲ ਲਾਭ ਹੁੰਦਾ, ਨੁਕਸਾਨ ਕੋਈ ਨਹੀਂ। ਪਰ ਇਹ ਜਿਹੜੀਆਂ ਵਿਚਾਰਾਂ ਅੱਜ ਦੇ ਵਿਸ਼ੇ ਵਿੱਚ ਚੱਲੀਆਂ ਨੇ, ਮੈਨੂੰ ਪਤਾ ਹੈ ਬਹੁਤੇ ਲੋਕ ਕਹਿਣਗੇ ਫਿਲਾਸਫੀ ਹੈ, ਪਰ ਇੱਕ ਗੱਲ ਖਿਆਲ ਰੱਖੋ, ਗੁਰੂ ਗ੍ਰੰਥ ਸਾਹਿਬ ਵਿੱਚ ਜਿਸ ਸ਼ਬਦ ਨੂੰ ਗੁਰੂ ਸਾਹਿਬ ਹਜ਼ਾਰਾਂ ਵਾਰੀ ਦੁਹਰਾ ਰਹੇ ਨਾ, ਉਹਦਾ ਕੋਈ ਮਕਸਦ ਹੈ, ਉਹਨੂੰ ਸਮਝਣਾ ਚਾਹੀਦਾ ਹੈ। ਪੈਸੇ ਦੇ ਕੇ ਪੜ੍ਹਾ ਲੈਣਾ ਹੋਰ ਗੱਲ ਹੈ, ਬੜਾ ਕੁਝ ਚੱਲ ਰਿਹਾ ਹੈ, ਉਹ ਵੀ ਇੱਕ ਵਿਸ਼ਾ ਹੈ, ਚਲੋ ਕੁਝ ਨਾ ਕੁਝ ਲਾਭ ਹੁੰਦਾ ਹੈ ਉਹਦੇ ਨਾਲ, ਪਰ ਵਾਰ ਵਾਰ ਹੁਕਮ ਸ਼ਬਦ, ਵਾਰ ਵਾਰ ਹੁਕਮ, ਗੁਰੂ ਸਾਹਿਬ ਦਾ ਮਤਲਬ ਸੀ ਵਾਰ ਵਾਰ ਦੇ ਕੰਨਾਂ ਵਿੱਚ ਪਾਈਏ ਅਤੇ ਬੰਦਾ ਮਜਬੂਰ ਹੋ ਜਾਏ ਇਹਨੂੰ ਵੇਖਣ ਵਾਸਤੇ ਵੀ ਹੈ ਕੀ ਜਿਹਨੂੰ ਗੁਰੂ ਸਾਹਿਬ ਵਾਰ ਵਾਰ ਕਹਿ ਰਹੇ ਨੇ, ਪਰ ਸਾਨੂੰ ਇਹਦੇ ਨਾਲ ਕੋਈ ਪ੍ਰਯੋਜਨ ਨਹੀਂ ਹੈ। ਹੁਕਮ ਦੇ ਅਰਥ ਨੇ ਜਿਵੇਂ ਇੱਕ ਕਿਸੇ ਅਸਥਾਨ ਤੋਂ ਕਿਸੇ ਸ਼ਬਦ ਦਾ ਪ੍ਰਸਾਰਣ ਕੀਤਾ ਜਾਂਦਾ ਨਾ, ਕਿਸੇ ਸੈਂਟਰ ਤੋਂ, ਟੀਵੀ ਸੈਂਟਰ ਤੋਂ ਜਾਂ ਰੇਡੀਓ ਤੋਂ ਇੱਕ ਥਾਂ ਤੋਂ ਕਿਸੇ ਚੀਜ਼ ਨੂੰ ਪ੍ਰਸਾਰਿਤ ਕੀਤਾ ਜਾਂਦਾ ਹੈ, ਉਹਦੀ ਰੇਂਜ ਸਾਰੇ ਥਾਵਾਂ 'ਤੇ ਚਲੀ ਜਾਂਦੀ ਹੈ, ਅਤੇ ਜਿੱਥੇ ਉਸ ਰੇਡੀਓ ਨੂੰ ਉਸ ਸਟੇਸ਼ਨ 'ਤੇ ਔਨ ਕਰੋ
वो खिंचना शुरू कर देता है। वह सारे थावां ते दिसदा नहीं है, हुण आ खाली खला है, जिन्ने टीवी दे चैनल ने इत्थे खिलरे होए ने सारे, पर दिसदा है उहदे विचों कुछ। दिसेगा कदों? वह दिसेगा उस वेले जदों सिस्टम साडे कोल आएगा, भी टीवी होएगा साडे कोल, संपर्क होवेगा टीवी दा, उहदे राही असी उहनां चैनलां नूं खिंच सकने आ, वेख सकने आ। पर जिन्ना चिर सिस्टम नहीं आउंदा उन्ना चिर नहीं देख सकते। इसे तरह जिहड़ा हुक्म है परमात्मा दा साडे तों की करवाउणा चाहुंदा है, वह सारे ब्रह्मांड विच खिलरिया होया हुक्म उहदा, उहदी मर्जी, जो कुछ उह कराउणा चाहुंदा है, जो कुछ उह सानूं दसना चाहुंदा है भी इस तरह चल जीवन विच। पर उहदी पकड़, उहदी समझ तां आवेगी जे असीं पहलां गुरु के हुक्म नाल जुड़ांगे। ते एक गुरु का हुक्म, एक परमात्मा का हुक्म, गुरु का शब्द, गुरबाणी अनुसार चलांगे। जदों गुरबाणी अनुसार चलांगे तो उस चीज़ की सानू समझ आनी शुरू हो जाएगी जीवन में, जिन्हों विवेक बुद्धि कहिंदे ने, भी ठीक की है तो गलत की है जिंदगी विच। फैसले अपने आप बनने शुरू हो जाएंगे, बाहरों नहीं पुछने पैणगे। पहला गुरबाणी पढ़ी, ठीक गलत की व्याख्या सीखी, जदों उहदे शब्द नू चंगी तरह कमा लिया तां फिर बाहरों लभण की जरूरत नहीं पैंदी। जो कुछ सामने आवेगा उहदी ठीक ते गलत व्याख्या भी नाल ही सामने आ जाएगी।